ਤਾਂ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ BGMI ਦੇ ਟੂਰਨਾਮੈਂਟ ਵਿੱਚ। ਮੈਂ ਤੁਹਾਡਾ ਚਹੀਤਾ ਬਿਸ਼ਪ ਮਲਿਕ ਤੇ ਨਾਲ ਮੇਰੇ ਦੀਪਕ ਅੰਗੁਰਾਲ। ਜਲਦੀ ਸ਼ੁਰੂ ਹੋਣ ਜਾ ਰਿਹਾ ਹੈ ਟੂਰਨਾਮੈਂਟ ਦਾ ਆਖਰੀ ਮੈਚ, ਫਾਈਨਲ ਹੈ ਆਜ, ਜੀਤਨੇ ਕਾ ਹੈ ਚਸਕਾ ਸਬਕਾ, ਦੇਖਤੇ ਹੈ ਘਰ ਕਿਸਕੀ ਲਾਤੀ ਹੈ ਮੈਂ ਲੈਲਾ। क्या आप सब तैयार हैं? आज बहुत पम्प्ड अप है सब के, आज फाइनल मैच है और दीपक जी भी आज अपना महंगा वाला परफ्यूम लगा कर आए हैं। हमारे साथ सारे खिलाड़ी जुड़ चुके हैं, 50 लोग और एक आखिरी टीम 26 सेकंड में टेक ऑफ करेंगे। देखते हैं कौन खड़ा रहता है, किसका खड़ा नहीं होता है। ये चंद ही मिनटों में पता चल जाएगा हम सबको कौन है और कौन किसका नहीं है। हमारी क्लास में एक नन्नू है और इधर कहीं का नन्नू है। और ये जहाज में चढ़ गए हैं सब, जहाज आएगा शूटिंग रेंज, रोज हॉक स्कूल फार्म, शूटिंग रेंज, रोज हॉक स्कूल फार्म, नोवो, क्या पचिंकी और नोवो में बहुत ज्यादा लोग उतरेंगे या मिलिट्री बेस में रश करेंगे लोग। और ये जहाज उठ गया है, जहाज में लोग की चढ़ गए ने, देखो शू शू पैं जो फ्राइडे है। अट्रिब्यूट टू फ्राइडे गॉड, फ्राइडे लॉर्ड। नाल नाल चैट करी जाओ, नाल नाल मैच देखी जाओ। आपा डॉक्टर बिशम मलिक अपनी सहेली नाल, ਸਾਡੀ ਭਾਬੀ ਵੀ ਨਾਲ ਹੀ ਨੇ, ਸਾਡੀ ਭਾਬੀ ਜਿਹੜੀ ਬੀ ਵਲੌਗ ਬੈਠੀ ਨੇ, ਪਲੀਜ਼ ਪਲੀਜ਼ ਦੇਖਦੇ ਰਹੀਓ ਅਤੇ ਭਾਜੀ ਦੀਪਕ ਭਾਈ ਦਾ ਦਿਲ ਲਾਉਂਦੇ ਰਹੀਓ, ਉਹ ਵਿਚਾਰੇ ਇਕੱਲੇ ਨਾ ਰਹਿ ਜਾਣ ਮੇਰੇ ਨਾਲ। ਪਲੀਜ਼ ਭਾਬੀ ਜੀ ਮੈਸੇਜ ਕਰ ਦਿਓ ਭਾਜੀ ਨੂੰ, ਭਾਈ ਨੇ ਕੱਲ੍ਹ ਸਾਡੀ ਸਭ 'ਚ ਜਾਂ ਫਿਰ ਵੀ ਆਪਾਂ ਇਹ ਕਰਦੇ ਪਏ ਹਾਂ, ਭਾਬੀ ਮੰਨ ਜਾਓ। ਤੇ ਲੋਕੀ ਜਹਾਜ਼ ਤੋਂ ਉਤਰ ਗਏ ਨੇ ਸੋਹਣੇ, ਮੰਨਿਓ ਜੀ ਚਿੱਟਾ ਸੂਟ ਪਾ ਕੇ, ਚਿੱਟਾ ਚਾਦਰਾ ਜਿਪਸੀ ਤੇ ਖੰਨਾ ਜੀ ਕਸ਼ੀ ਬਰਾ, ਸਾਰੇ ਜਹਾਜ਼ ਤੋਂ ਉਤਰ ਗਏ ਨੇ, ਥੱਲੇ ਜਾਣ ਡੇ ਨੇ, ਦੇਖਦੇ ਕਿਹਦਾ ਕਸ਼ਾ ਉਤਰਦਾ ਕਿਸ਼ਾ ਪੈਂਦਾ। ਸਾਰੀ ਟੀਮ ਓਏ ਹੋਏ, ਸਾਡੇ ਪ੍ਰੋਫ ਦੀ ਟੀਮ ਚੈੱਕ ਕਰ ਆਈ ਅੱਜ ਨਹੀਂ, ਅੱਜ ਔਖਾ ਹੀ ਲੱਗਦਾ, ਨਹੀਂ ਆਈ ਅੱਜ, ਆਈ ਨਹੀਂ। ਫਸਟ ਪ੍ਰੋਫ ਦੀ ਟੀਮ ਗਾਂਧੀ ਗਾਂਧੀ ਗਰੁੱਪ ਪਹਿਲੇ ਦਿਨ ਹੀ ਪੜਵਾ ਕੇ ਬਹਿ ਗਏ ਨੇ, ਫਾਈਨਲ 'ਚ ਉਹਨਾਂ ਦੀ ਔਕਾਤ ਨਹੀਂ ਸੀ ਆਉਣ ਦੀ, ਫਾਈਨਲ ਤੱਕ ਪਹੁੰਚੇ ਹੀ ਨਹੀਂ। ਡਾਕਟਰ ਹੈਰੋ ਜੀ ਆਏ ਹਾਏ ਹਾਏ ਹਾਏ, ਭਾਅ ਜੀ ਵੀ ਕਸ਼ੇ ਜੀ ਨੇ ਅਤੇ ਸਮਾਨ ਚੱਕਣ ਡੇ ਨੇ, UMP ਲੈ ਗਏ, ਉਹ ਛਾਲਾ ਮਾਰਨ ਦੇ ਕੋਠੇ ਤੋਂ ਕੋਠੇ ਲੱਗਾ। ਆਕਾਸ਼ ਸਿੰਗਲਾ ਜੀ ਉਹਨਾਂ ਦੇ ਟੀਮਮੇਟ, ਉਹ ਵੀ ਸਮਾਨ, ਓਏ ਹੋ ਸ਼ੋਟਗਨ ਲੈ ਕੇ ਘੁੰਮਣ ਡੇ ਨੇ, ਕਹਿੰਦੇ ਅੱਜ ਤਾਂ ਦਨਾਲੀ ਚੱਲੂ ਭਾਅ ਜੀ। ਓਏ ਹੋਏ ਸਮਾਨ ਚੱਕਣ ਡੇ ਨੇ, ਇੱਧਰ ਉੱਧਰ ਹਜੇ ਤੱਕ ਕੋਈ ਫਾਈਟ ਹੋਈ ਨਹੀਂ, ਸਾਰੇ ਸੇਫ ਖੇਡ ਰਹੇ ਆ। ਹੁਣ ਆਪਾਂ ਸਪੈਕਟੇਟ ਡਾਕੂ ਮਿੰਕੂ ਜੀ, ਇਹ 5 ਵਾਲੀ ਸ਼ੋਟਗਨ ਪਿਸਟਲ ਫੜੇ ਹੋਏ, ਦੇਖੋ ਕੀ ਬੰਦਾ। ਹਜੇ ਤੱਕ ਤਾਂ ਮੈਚ ਬੜਾ ਬੋਰਿੰਗ ਜਿਹਾ ਚੱਲ ਰਿਹਾ ਹੈ, ਜਿੱਦਾਂ ਗਾਂਧੀ, ਜੇ ਗਾਂਧੀ ਗਰੁੱਪ ਹੁੰਦੇ ਤਾਂ ਕੁਛ ਹੁੰਦਾ ਅੱਜ। ਮਿਸਟਰ ਈਵਿਲ IOP, ਲੜਾਈ ਹੋਣ ਜਾ ਰਹੀ ਹੈ, ਇਹ ਥੋੜ੍ਹੇ ਕਲੋਜ਼ ਇਨ ਕਰ ਰਿਹਾ ਟੀਮ 5 ਟੀਮ 11 ਦੇ ਵਿੱਚ, ਲੜਾਈ ਹੋਣ ਦੇ ਪੂਰੇ ਚਾਂਸਿਸ ਨੇ ਇੱਥੇ, ਅਤੇ ਕਾਫੀ ਲੋਕ ਆ ਚੁੱਕੇ ਨੇ ਅਤੇ ਕਲੋਜ਼ ਇਨ ਕਰ ਰਹੇ ਨੇ ਮਿਸਟਰ ਈਵਿਲ IOP, ਹੁਣ ਲੰਮੇ ਪੈ ਗਏ ਨੇ, ਇਹਨੂੰ ਆਪਣਾ ਘਰ ਹੀ ਸਮਝਿਆ ਉਹਨਾਂ ਨੇ। ਅਤੇ ਹੁਣ ਦੀਪਕ ਜੀ ਆਪਣੀ ਸਹੇਲੀ ਦਾ ਮੈਸੇਜ ਛੱਡ ਕੇ ਫਿਰ ਸਾਡੇ ਨਾਲ ਜੁੜੇ ਨੇ। 11 ਜੀ ਟੀਮ 9 ਦੇ 11 ਜੀ 9-11 ਅਤੇ ਭੱਜੀ ਜਾ ਰਹੇ ਨੇ ਪਾਣੀ ਦੇ ਵਿੱਚ ਤਾਰੀ ਲਾਉਣ, ਕਹਿੰਦੇ ਸਵੇਰ ਦੇ ਨਹਾਤੇ ਨਹੀਂ, ਫਰਾਈਡੇ ਅੱਜ ਸਵਿਮਿੰਗ ਪੂਲ ਬਣਾ ਕੇ ਆਈਏ। ਹਜੇ ਤੱਕ ਕੋਈ ਲੜਾਈ ਨਹੀਂ ਹੋਈ, ਕੋਈ ਬੰਦਾ ਨਹੀਂ ਕਿਸੇ ਨੇ ਪਾੜਿਆ ਨਾ ਪੜਵਾਈ। PV02 ਆਦੀ ਜੀ ਸਮਾਨ ਚੜ੍ਹਦੇ ਖਾਲ ਗਰੁੱਪ, ਜਿਹੜੇ ਪਹਿਲੇ ਮੈਚ ਟੂਰਨਾਮੈਂਟ ਦੇ ਪਹਿਲੇ ਮੈਚ ਜਿਹਨੇ ਚਿਕਨ ਡਿਨਰ ਕੱਢਿਆ ਸੀ, ਤਾਂ ਅੱਜ ਕੁਛ ਕੱਢਣ ਦੇ ਆ ਕਢਵਾਉਂਦੇ ਆ, ਅੱਜ ਆਪਾਂ ਪਤਾ ਲੱਗ ਜੂਗਾ ਥੋੜ੍ਹੀ ਦੇਰ 'ਚ। ਹਜੇ ਤਾਂ ਸਮਾਨ ਹੀ ਚੁੱਕੀ ਫਿਰਦੇ, ਪਤਾ ਨਹੀਂ ਕਿਹੜੇ ਅਸਲੇ ਲੈਣੇ ਇਹਨਾਂ ਨੇ, ਕਿੱਥੇ ਕਿੱਥੇ ਲੈਣੇ ਉਹ ਵੀ ਨਹੀਂ ਸਾਨੂੰ ਪਤਾ। ਕਿੰਨੇ ਕੁ ਦਰਸ਼ਕ ਸਾਡੇ ਨਾਲ ਜੁੜੇ ਦੀਪਕ ਜੀ,
ਇਹ ਨਾ ਹੋਵੇ ਆਪਾਂ ਇਕੱਲੇ ਪੌਂਕੀ ਜਾ ਰਹੇ ਹਾਂ, ਤਿੰਨ ਵਿਊਅਰ ਸਾਡੇ ਨਾਲ, ਆਈ ਲਵ ਦੀਸ ਥ੍ਰੀ ਪੀਪਲ, ਇੱਕ ਤਾਂ ਸੀ ਆਪ, ਉਹਨਾਂ ਦੋਨਾਂ ਨੂੰ ਮੈਂ ਆਪਣੇ ਪ੍ਰੋਪਰਟੀ 'ਤੇ ਹਿੱਸਾ ਦੇਣਾ ਚਾਹੂੰਗਾ, ਪਲੀਜ਼। ਜੇ ਮੈਨੂੰ ਮੇਰੇ ਘਰਦਿਆਂ ਨੇ ਕੁਛ ਦਿੱਤਾ ਤਾਂ ਮੈਂ ਤੁਹਾਡਾ ਵੀ ਨਾਮ ਲਿਖਾਊਂਗਾ। 5 ਵਿਊਅਰ ਹੋ ਗਏ, 4 ਬੰਦਿਆਂ 'ਚ ਵੰਡਿਆ ਜਾਊਗਾ ਸਾਡਾ। ਅਤੇ ਛਾਲਾਂ ਵੱਜ ਰਹੀਆਂ ਨੇ PB02 ਆਦਿ ਜੀ ਦੀ, ਬਹੁਤ ਵੇਖ ਲਿਆ ਇਹਨੂੰ ਅੱਗੇ ਕਰ, ਬੋਰ ਹੀ ਕਰੀ ਜਾਣ ਡਿਆ, ਸਮਾਨ ਪਤਾ ਨਹੀਂ ਕਿੱਥੇ ਢੋਈ ਜਾਂਦਾ ਅੰਦਰ ਢੋਈ 'ਚ। ਯੁਵਰਾਜ ਸਿੱਧੂ ਇਕੱਲੇ ਖੇਡ ਰਹੇ ਨੇ, ਇਹਨਾਂ ਦਾ ਕੋਈ ਯਾਰ ਵੇਲੀ ਨਹੀਂ ਆਇਆ ਭਾਜੀ ਦਾ। ਖਾਲ ਟਕਸਾਲੀ, ਖਾਲ ਟਕਸਾਲੀ ਭਾਜੀ, 1 AM ਲੈ ਕੇ ਚੈੱਕ ਸ਼ਰਟ, 1 AM ਲੈਵਲ 3 ਹੈਲਮੇਟ ਭਾਜੀ, ਮੰਨਦੇ ਕਿਤੇ ਚੈੱਕ ਸ਼ਰਟ ਤੇ ਕੱਛਾ ਪਾ ਕੇ, ਚੈੱਕ ਸ਼ਰਟ ਨਹੀਂ ਤਾਂ ਕੱਛਾ ਜੱਜਦਾ, ਕੱਲ੍ਹ ਦੀ ਕਾਲਜ ਪਾ ਕੇ ਜਾਇਓ ਦੀਪਕ ਜੀ, ਰਵੀਕਾਂਤ ਭਾਜੀ ਤੁਹਾਨੂੰ ਫੜਦੇ ਫਿਰ, ਕੱਲ੍ਹ ਸਾਡੀ ਸਭ ਸਟੇਜ ਵੀ ਤੁਹਾਨੂੰ ਜਿੱਦਾਂ ਦੱਸਿਆ, ਅਤੇ ਵੰਦਨਾ ਸਿੱਧੂ ਜੇ ਕੱਛੇ ਅਤੇ ਚੈੱਕ ਸ਼ਰਟ 'ਚ ਸਾਨੂੰ ਵੇਖਣ ਤਾਂ ਉਹਨੇ ਫਿਰ 295 ਸਾਡਾ ਕਰ ਦੇਣਾ। ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਹੈ, ਦਬੀ ਨਾਲ ਤਾਂ ਦੁਨੀਆ ਸਵਾਦ ਲੈਂਦੀ ਹੈ। ਡਾਕਟਰ ਹੈਰੋ, ਡਾਕਟਰ ਹੈਰੋ ਜੀ, ਆ ਚੱਕ, ਓਏ ਹੋਏ ਸਨੈਪਰ, ਤੂੰ ਸਨੈਪਰ ਨਹੀਂ, ਕੀ ਸੀਗਾ, ਸਿੱਧਾ ਸੀਨੇ ਵੱਜਦੀ ਹੈਰੋ ਜੀ ਦੇ ਸੀਨੇ ਕੋਈ ਵੱਜ ਜਾਓ ਆ ਕੇ, ਕੋਈ ਸਹੇਲੀ ਸਹੂਲੀ। ਰਿਪਨ ਜੀ, ਰਿਪਨ ਜੀ ਬੜੇ ਟੋਰ ਨਾਲ ਸੋਹਣਾ ਜਿਹਾ ਸੂਟ ਪਾ ਕੇ ਆਏ ਨੇ, ਸਾਡੇ ਨਾਲ 6 ਵਿਊਅਰ ਜੁੜੇ ਆ, ਬਹੁਤ ਖੁਸ਼ੀ ਆ ਮੈਨੂੰ ਇਹਨਾਂ ਲੋਕਾਂ ਲਈ। ਅਤੇ ਦੀਪਕ ਜੀ ਭੋਰ ਰਹੇ ਨੇ ਗਰੁੱਪ 'ਚ ਲਿਖ ਰਹੇ, ਕਿੱਦਾਂ ਹੋ ਸਾਰੇ, ਲਾਈਵ ਚੈਟ 'ਚ ਲਿਖ ਰਹੇ ਨੇ ਕਿੱਦਾਂ ਹੋ ਸਾਰੇ, ਪਲੀਜ਼ ਜਿਹੜੇ ਜਿਹੜੇ ਨੇ ਹੈਗੇ ਵੇਖ ਰਹੇ ਪਲੀਜ਼ ਲਿਖਣ। ਸਹੇਲੀ ਮਨਾਉਣ ਨੂੰ ਫਿਰਦੇ ਦੀਪਕ ਜੀ, ਦੀਪਕ ਜੀ ਦੀ ਆਪ ਹੀ ਸਹੇਲੀ ਮੰਨੀ ਹੋਈ ਆ, ਦੀਪਕ ਜੀ ਬਸ ਜਗ੍ਹਾ ਲੱਭ ਰਹੇ ਨੇ ਕਿਤੇ। ਗਰਲਸ ਨੀਡ ਅ ਰੀਜ਼ਨ, ਬੋਇਜ਼ ਨੀਡ ਅ ਪਲੇਸ, ਯੋਰ ਪਲੇਸ ਔਰ ਮਾਈਨ, ਦੀਪਕ ਜੀ ਦਾ ਲੋਗੋ। ਅਤੇ ਹੁਣ ਪੁਚਿੰਕੀ ਕਹਿੰਦੇ ਪੁਚਿੰਕੀ 'ਚ ਲੈਣੀ ਕਿ ਜੋਰਜੋ, ਹੁਣ ਦੇਖ ਲਓ ਦੀਪਕ ਭਾਜੀ। ਅਤੇ ਜਾਂਗਰਾ ਜੀ, ਜਾਂਗਰਾ 002 ਭਾਜੀ, ਪੁਚਿੰਕੀ 'ਚ ਅੱਤ ਕਰਾਉਣ ਡੇ ਨੇ, ਕਦੀ ਇੱਧਰ ਮਾਰਦੇ ਛਾਲਾਂ, ਕਦੀ ਉੱਧਰ, ਇੱਕ ਬਨੇਰੇ ਤੋਂ ਦੂਜੇ ਬਨੇਰੇ, ਲੱਗਦਾ ਬਾਹਲਾ ਇਹਨਾਂ ਨੇ ਬਨੇਰੇ ਟੱਪੇ ਨੇ ਆਪਣੇ ਬਚਪਨ 'ਚ ਬੋਲਾਂ ਲੈਣ, ਪਤਾ ਨਹੀਂ ਬੋਲ। ਓਹੋ, ਸਟੀਰੀਡੀਅਨ ਜੀ ਨੇ 2 ਖੇਲ ਹੋ ਗਏ ਵੀਰ ਜੀ, ਸਟੀਰੀਡੀਅਨ ਜੀ ਦੀ ਟੋਰ ਦੇਖੋ ਤੁਸੀਂ, ਪੂਰੇ ਮੈਚ 'ਚ ਸਿਰਫ 2 ਖੇਲ ਸਟੀਰੀਡੀਅਨ ਜੀ ਦੇ, ਬਾਹਲੀ ਟੋਰ, ਆਹ ਐਕਸਟੈਂਡਡ ਲਾਇਆ 40 ਗੋਲੀਆਂ ਕਰਦੇ ਹੋਏ ਆਪਣੀ, ਪਤਾ ਨਹੀਂ 10 ਗੋਲੀਆਂ ਕਿੱਥੇ ਪਾਈਆਂ ਇਹਨਾਂ ਨੇ, ਕਿੱਥੇ ਕਿੱਥੇ। ਅੱਜ ਬੜੇ ਢਿੱਲੇ ਜਿਹੇ ਨੇ ਸਾਰੇ, ਮਾਰ ਕੇ ਆਏ ਸਾਰੇ, ਮਾਰ ਕੇ ਮਰਵਾ ਕੇ, ਜੋ ਵੀ 5 ਵਿਊਅਰ, ਇੱਕ ਸਾਡਾ ਸਾਥੀ ਸਾਨੂੰ ਛੱਡ ਕੇ ਚੱਲ ਗਿਆ, ਬੜਾ ਦੁੱਖ ਹੋਇਆ ਸਾਨੂੰ, ਜੋਸ਼ ਨਹੀਂ ਹੈਗਾ, ਅੱਜ ਉਹ ਗੱਲ ਨਹੀਂ ਹੈਗੀ ਭਾਜੀ। ਜਿੱਦਾਂ ਡਾਕਟਰ ਕਾਲਾ ਮੰਗ, ਜਿੱਦਾਂ ਪਹਿਲੇ ਦਿਨ ਸੁਹਾਗ ਰਿਹਾ ਸੀ, ਅੱਜ ਲੱਗਦਾ ਕਿ ਅੱਜ ਬਸ ਮਿਨੀ ਸਕਰਟ ਪਾ ਕੇ ਆਪਣਾ ਪੋਸਟ ਦਿਖਾ ਰਿਹਾ ਡਾਕਟਰ ਫੇਟ ਨੂੰ, ਭਾਜੀ ਥੋੜ੍ਹਾ ਖੜ੍ਹੇ ਹੋਵੋ, ਇੱਦਾਂ ਕਾਫੀ ਕੁਝ ਦਿਖਦਾ ਥੱਲਿਓਂ, ਤੁਸੀਂ ਪਾਈ ਕਿ ਨਹੀਂ ਪਤਾ ਨਹੀਂ ਲੱਗਦਾ। ਸਟੇਡੀਅਮ ਜੀ 2 ਕਿੱਲਾਂ ਹਜੇ ਵੀ ਤਿਆਰ ਨੇ, ਡਾਕਟਰ ਫੇਟ ਕਿਹਦੀ ਕਿਸਮਤ ਚਮਕਦੀ ਆ, ਡਾਕਟਰ ਫੇਟ ਦੀ ਕਿ ਨਹੀਂ, ਭੱਜਣ ਡੇ ਨੇ ਸਾਰੇ ਇੱਧਰ ਉੱਧਰ, ਸਮਾਨ ਇਕੱਠਾ ਕਰੀ ਜਾਂਦੇ ਰਾਸ਼ਨ ਦੀ ਦੁਕਾਨ 'ਤੇ, ਜਿੱਦਾਂ ਫਿਟਮੈਨ ਸ਼ੈਡੋ ਜੀ, ਜੈ ਗੁਰੂ ਦੀ ਜੋੜੀ, ਇਹ ਦੋਸਤੀ ਗਾਣਾ ਸੀਰੀਅਸ ਲੈ ਲਿਆ ਫਿਟਮੈਨ ਸ਼ੈਡੋ, ਕਲੋਜ਼ ਇਨ ਹੋ ਰਿਹਾ ਸੈਕਿੰਡ ਟੀਮ ਦੇ, ਹੋਰ ਫਟਕੀ ਵੜ ਗਏ ਅੰਦਰ। ਦੀਪਕ ਜੀ ਨੂੰ ਯਾਦ ਆ ਗਈ ਹੈ ਆਪਣੇ ਪੁਰਾਣੇ ਯਾਰਾਂ ਦੀ, ਪਠਾਨਕੋਟ ਵਾਲੇ ਜ਼ਹਿਰ ਲੱਗਦੇ ਪੈਸੇ ਨਾਲ ਯਾਰੀ ਲਾ ਕੇ, ਫਿਰ ਇਹ ਗੱਲ ਤੋਂ ਮੈਨੂੰ ਡਾਕਟਰ ਅਭਿਸ਼ੇਕ ਅਤਰੀ ਭਾਜੀ ਗੁਰਦਾਸਪੁਰ ਦੀ ਯਾਦ ਆਈ, ਜਿਨ੍ਹਾਂ ਲਈ ਪੈਸੇ ਲਈ ਦੁਬਾਰੇ ਯਾਰੀ ਵੀ ਨੇ। ਡਾਕਟਰ ਅਭਿਸ਼ੇਕ ਅਤਰੀ ਭਾਜੀ ਅੱਜ ਬਹੁਤ ਹੀ ਲੀਨ ਪੜਾ ਇਹਦੇ ਵਿੱਚ, ਕਹਿੰਦੇ ਮੈਂ ਭੰਗੜਾ। ਉਹ ਲੂਣਾ ਜੀ ਨੇ ਯੁਵਰਾਜ ਸਿੱਧੂ ਜੀ ਨੂੰ ਚੱਕਦਾ, ਜੋ ਇਕੱਲੇ ਸੀਗੇ, ਵਿਚਾਰਿਆਂ ਦੀ ਸਹੇਲੀ ਵੀ ਨਹੀਂ ਸੀਗੀ ਅਤੇ ਵਿਚਾਰੇ ਹੁਣ ਚੱਕੇ ਗਏ ਨੇ। ਭਾਈ ਸਹੇਲੀ ਨੂੰ ਫੋਨ ਲਾ ਲਓ, ਯੁਵਰਾਜ ਸਿੱਧੂ ਭਾਜੀ ਹੁਣ ਤੁਹਾਡਾ ਟਾਈਮ ਆ ਗਿਆ ਆਪਣੀ ਸਹੇਲੀ ਨਾਲ ਗੱਲ ਕਰਨ ਦਾ, ਹੁਣ ਤੁਸੀਂ ਇਹ ਗੇਮ ਛੱਡ ਸਕਦੇ ਹੋ।
ਵਧੀਆ ਲੱਗਾ ਤੁਸੀਂ ਇਕੱਲੇ ਆਏ ਸੀਗੇ ਪੂਰੇ ਕੌਨਫੀਡੈਂਸ ਨਾਲ ਤੇ ਇਕੱਲੇ ਮਰਵਾ ਕੇ ਗਏ ਹੋ ਪਰ ਦੇਖੋ ਅੱਗੇ ਕੀ ਬਣਦਾ ਉੱਥੇ ਜਹਾਜ਼ ਤੋਂ ਡਰੋਪ ਵੀ ਡਿੱਗਦਾ ਭਾਈ ਫੜ ਲਓ ਸਾਰਿਆਂ ਦਾ ਮੈਂ ਆਪਣਾ ਫੋਨ ਅਤੇ ਕਦੀ ਇੱਧਰ ਜੈਦੀਪ ਭਾਈ ਗੋਲੀਆਂ ਤੁਸੀਂ ਚੱਕ ਲਈਆਂ ਗੋਲੀਆਂ ਲੈਣੀਆਂ ਬਸ ਸੁੱਟਣੀਆਂ ਕਿਸੇ ਦੇ ਕੱਲਾ ਕਮਾਵਾਂਗੇ ਭਾਈ ਇਹ ਤਾਂ ਨਵੀਨ ਦੀ ਕੰਟੀਨ ਹੀ ਨੀ ਹੈਗੀ ਜੇ ਕੁੜੀਆਂ ਵੇਖ ਲਓ ਵਿੱਚ ਬਹਿ ਕੇ ਕੋਈ ਫਾਇਦਾ ਨੀ ਤੁਹਾਡਾ ਖਾਲੀ ਖੇਤ ਕਿਹੜਾ ਲਾਓ ਭਾਜੀ ਕੀ ਅੱਜ ਨੱਡਾ ਭਾਜੀ ਖੇਲ ਰਹੇ ਨੇ ਕਿ ਜ਼ੋਨ ਤੋਂ ਬਾਹਰ ਨੇ ਡਾਕੂ ਨੱਡਾ ਜੀ ਡਾਕੂ ਨੱਡਾ ਬਹੁਤ ਹੀ ਫੇਮਸ ਪਰਸਨੈਲਿਟੀ ਭਾਵੇਂ ਉਹ ਖੇਡ ਰਹੇ ਕਿ ਨਹੀਂ ਖੇਡ ਰਹੇ ਪਰ ਸਾਡੇ ਦਿਲ ਤੋਂ ਬੜੇ ਕਲੋਜ਼ ਨੇ ਡਾਕਟਰ ਨੱਡਾ ਜੀ ਡਾਕਟਰ ਹੈਰੋ ਜੀ 18 ਟੀਮ ਵਿੱਚ ਨਹੀਂ ਜੇ ਅੱਜ ਭਾਜੀ ਦਾ ਕੰਮ ਤੇ ਗਏ ਨੇ 47 ਬੰਦੇ ਸਾਡੇ ਨਾਲ ਨੇ 2 ਕਿਲ ਸਾਡੇ ਕਿਸੇ ਨੇ ਕੀਤੇ ਤੇ 1 ਕਿਲ ਕਿਸੇ ਨੇ ਕੀਤਾ ਸਾਨੂੰ ਕਿਹੜਾ ਫਰਕ ਪੈਂਦਾ ਤਾਂ ਹੁਣ ਖਾਲ ਟਕਸਾਲੀ ਜੀ ਆਪਣੇ ਟਕਸੇ ਦੇ ਪਿੱਛੇ ਚੱਲ ਰਹੇ ਨੇ ਨਾਈਟਮੇਅਰ ਜੀ ਨਾਈਟਮੇਅਰ ਵਿਜ਼ ਗੋਡ ਤੇ ਬੋਤਲਾਂ ਛਿਣਕਾਉਂਦੇ ਹੋਏ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗੇ ਆਪਾਂ 2 CR ਤੇ ਆਪਾਂ 3 ਥਰਡ ਪ੍ਰੋਫ ਦੇ CR ਨੂੰ ਸਪੈਕਟੇਟ ਕਰਨ ਜਾ ਰਹੇ ਨੇ ਹੁਣ ਜੋ ਕਿ ਸਾਡੇ ਦਿਲ ਦੇ ਬੜੇ ਕਰੀਬ ਨੇ ਕਪੂਰਥਲੇ ਤੋਂ ਸਾਡੇ ਚੇਤੇ ਪਿਆਰੇ ਜੇ ਡਾਕਟਰ ਰਿਤੇਸ਼ ਨੰਗਲ ਭਾਜੀ ਕਪੂਰਥਲੇ ਤੋਂ ਭਾਜੀ ਇੰਨੇ ਵੱਡੇ ਹੋਣ ਕਰ ਬਾਵਜੂਦ ਵਿਖ ਨਹੀਂ ਰਹੇ ਆ ਸਾਨੂੰ ਭਾਜੀ ਇਕੱਲੇ ਗੱਡੀ ਚਲਾ ਰਹੇ ਨੇ ਓ ਭਾਜੀ ਗੇੜੀ ਪਹਾੜਾਂ 'ਤੇ ਗੱਡੀ ਚਲਾ ਭਾਜੀ ਪੋਨੀ ਵਾਲੀ ਨਾਲ ਕਸੋਲ ਵੇਖਣ ਜਾ ਰਹੇ ਨੇ 11 ਨੂੰ ਲਾਲ ਲੈ ਕੇ ਭਾਈ ਨੇ ਮਾਰੀ ਛਾਲ M4 ਚੱਕ ਕੇ ਭਾਜੀ ਮਾਂਜੋ ਜਾਂ ਮਨਾ ਲਓ ਭਾਜੀ ਨਹੀਂ ਚੱਲਦੇ ਅੱਜ ਭਾਜੀ ਨੂੰ ਪਤਾ ਲੱਗ ਗਿਆ ਉੱਥੇ ਬੰਦੇ ਨੇ ਭਾਜੀ ਨੇ ਫੜ ਲਿਆ ਬੰਬ ਦੀਵਾਲੀ 'ਤੇ ਬਚ ਗਿਆ ਸੀਗਾ ਭਾਜੀ ਨੇ ਚੱਕਿਆ ਸਪੋ ਉਹ 6 ਅਕਾਲ ਸਿੰਗਲਾ 'ਤੇ 6X ਅਕਾਸ ਉਹ ਭਾਈ ਦੇ ਵੱਜੀ 1 ਭਾਈ ਦੀ ਵੱਜੀ ਭਾਈ ਅੱਗੇ ਵੱਧ ਰਹੇ ਨੇ ਆਕਾਸ਼ ਸਿੰਗਲਾ TPP ਭਾਈ ਨੇ UMP ਫੜ ਲਈ 25 ਉਹ ਭਾਈ ਨੇ ਬੰਬ ਫੜ ਲਿਆ ਭਾਜੀ ਨੇ ਆਤਿਸ਼ਬਾਜ਼ੀਆਂ ਚਲਾ ਦਿੱਤੀਆਂ ਜੀ ਡਾਕਟਰ ਮੈਂ ਉਹ ਭਾਜੀ ਦੇ ਰੂਮਮੇਟ 11-11 ਨੂੰ ਮੋਕਸ਼ ਪ੍ਰਾਪਤ ਕਰ ਦਿੱਤਾ ਹੈ ਅਤੇ ਡਾਕਟਰ ਹੈਰੋ ਅਤੇ ਆਕਾਸ਼ ਸਿੰਗਲਾ ਦੋਨੋਂ ਇਕੱਲਾ ਸਾਡੇ ਰਿਤੇਸ਼ ਨੰਗਲ ਭਾਈ 'ਤੇ ਚੜ੍ਹ ਗਏ ਨੇ ਦੇਖਦਾ ਰਿਤੇਸ਼ ਨੰਗਲ ਭਾਈ ਹੁਣ ਕੀ ਕਰਦੇ ਨੇ ਬੜਾ ਦੇਖਣ ਵਾਲੀ ਗੱਲ ਹੈ ਬਹੁਤ ਇੰਟਰਸਟਿੰਗ ਮੈਚ ਚੱਲ ਰਿਹਾ ਕਿਉਂਕਿ ਡਾਕਟਰ ਹੈਰੋ ਜੀ ਨੇ 11G ਦੀ ਪਾੜਤੀ ਹੁਣ ਕੀ ਰਿਤੇਸ਼ ਭਾਜੀ ਬਦਲਾ ਲੈਂਦੇ ਆ ਕਿ ਬਦਲ ਉਹ ਭਾਈ ਦੇ ਸਾਹਮਣੇ ਭਾਈ ਦੇ ਕੋਠੇ 'ਤੇ ਚੜ੍ਹ ਗਿਆ ਅਤੇ ਭਾਜੀ ਨੇ ਕੋਠਾ ਪਾੜਤਾ ਅਤੇ ਭਾਜੀ ਦੇ ਬੱਬ ਪਾੜ ਗਿਆ ਭਾਜੀ ਹੈਲਥ ਲਾਉਂਦੇ ਹੋਏ ਅਤੇ ਉਹ ਹੈਲਥ ਲੱਗ ਗਈ ਅਤੇ ਉਹ ਡਾਕਟਰ ਹੈਰੋ ਜੀ ਥੱਲੇ ਪਹੁੰਚ ਗਏ ਨੇ ਰਿਤੇਸ਼ ਭਾਈ ਨੇ ਵੀ ਕੋਠਾ ਟੱਪ ਲਿਆ ਹੈ ਅੰਦਰ ਵੜ ਗਏ ਨੇ ਰਿਵਾਈਵ ਹੋ ਰਿਹਾ ਹੈ ਰਿਤੇਸ਼ ਭਾਜੀ ਕਰੋ ਕੁਛ ਜਾਂ ਕਰਵਾਓ ਕੁਛ ਮੈਨੂੰ ਕਿਉਂ ਲੱਗਦਾ ਇਹ ਤੋਂ ਬਾਅਦ ਸਾਨੂੰ ਸੀ ਬਲੋਕ ਗੇੜਾ ਲਾਉਣਾ ਪੈ ਰਿਹਾ ਰਿਤੇਸ਼ ਭਾਈ ਛੱਡ ਜਾਓ ਓ ਹੋ ਰਿਤੇਸ਼ ਭਾਈ ਨੂੰ ਕਿੱਲ ਮਿਲ ਗਿਆ ਰਿਤੇਸ਼ ਭਾਈ ਦੇ ਨਾਲ ਦੇ ਆ ਗਏ ਨੇ ਕਿੰਗ ਅਤੇ 9 ਵਿਜ਼ ਗੋਡ ਉਹ ਮਾਰਿਆ ਬੰਬ ਆਕਾਸ਼ ਸਿੰਗਲਾ ਦੀ ਪਾਰਟੀ ਅਤੇ ਹੁਣ ਅੱਗੇ ਗਏ ਨੇ ਪਾੜਨ ਰਿਤੇਸ਼ ਨੰਗਲ ਭਾਈ ਦੀ ਕਿੱਲ ਹੋਈ ਚੋਰੀ ਕਿੰਗ ਨੂੰ ਮਿਲੀ ਕਿੱਲ ਆਕਾਸ਼ ਸਿੰਗਲਾ ਗਿਆ ਘਰ ਅਤੇ 9 ਦੇ ਖਾਤੇ 'ਚ ਹੋਏ 2 ਕਿੱਲ ਬਾਹਲੇ ਖੁਸ਼ ਨੇ ਰਿਤੇਸ਼ ਭਾਜੀ ਜੇ ਅੱਜ ਰਿਤੇਸ਼ ਭਾਈ ਜਿੱਤਦੇ ਆ ਤਾਂ ਭਾਈ ਸਾਨੂੰ ਨਵੀਨ 'ਚ ਚਾਹ ਪਿਆਉਗੇ ਕੋਲਡ ਕੌਫੀ ਤਾਂ ਸਹੇਲੀ ਨੂੰ ਪਿਆਣੀ ਆਪਾਂ ਬਹੁਤ ਵੇਖ ਲਿਆ ਭਾਈ ਨੂੰ ਅੱਗੇ ਘਰ ਬੋਰ ਹੋ ਗਿਆ ਮੈਂ ਭਾਈ ਨੂੰ ਵੇਖ ਵੇਖ ਕੇ ਕਪੂਰਥਲੇ ਭਾਈ ਦੀ ਮੋਟ ਪ੍ਰਭ ਸਿਮਰਨ ਡਾਕਟਰ ਪ੍ਰਭ ਸਿਮਰਨ ਸਿੰਘ ਭਾਈ ਅਤੇ ਡਾਕਟਰ ਗੁਰਪ੍ਰੀਤ ਸਿੰਘ ਭਾਜੀ ਕਪੂਰਥਲੇ ਤੋਂ ਗੁਰਪ੍ਰੀਤ ਸਿੰਘ ਭਾਈ ਜਿਨ੍ਹਾਂ ਦਾ ਨਾਂ ਹੈ ਗੈਵੀ ਗੋਪੀ ਗੌਰਵ ਲੁਬਾਨ ਬੰਦਾ ਇੱਕ ਹੀ ਹੈ ਅਤੇ ਨਾਮ 70 ਰੱਖੇ ਨੇ ਅਗਲੇ ਨੇ ਅਤੇ ਇੱਕ GMC RKS ਪਲੇਅ ਜ਼ੋਨ ਤੋਂ ਮਰ ਗਏ ਨੇ
ਹੇ ਨੱਡਾ ਭਾਈ ਤੋਂ ਇਨਸਪਾਇਰ ਨੋਟ ਇਨਸਾਈਡ ਨੋਟ ਇਨਸਾਈਡ ਉਹਨੂੰ ਬਚਾਉਣ ਜਾ ਰਹੇ ਨੇ ਸਕਲ ਕ੍ਰਸ਼ਰ ਜੀ ਕਿਆ ਆਪਣੇ ਟੀਮਮੇਟ ਨੂੰ ਬਚਾਓਗੇ ਜੀ ਐਮ ਸੀ ਆਰ ਕੇ ਐਸ ਜੀ ਜ਼ੋਨ ਤੋਂ ਬਾਹਰ ਮਰਵਾ ਕੇ ਬਹਿ ਗਏ ਨੇ ਬੜਾ ਸਲੋ ਮੈਚ ਚੱਲ ਰਿਹਾ 40 ਬੰਦੇ ਹਜੇ ਵੀ ਰਹਿੰਦੇ ਨੇ ਅਤੇ ਹਜੇ ਸਭ ਤੋਂ ਜ਼ਿਆਦਾ ਕਿਲ ਏ ਟੀ ਕੇ ਰਵਿੰਦਰ ਭਾਜੀ ਜਿਨ੍ਹਾਂ ਨੇ ਗਿੱਲੀ ਸੂਟ ਪਾਇਆ ਹੋਇਆ ਹੈ ਰਵਿੰਦਰ ਭਾਜੀ ਜਿਹੜੇ ਸਾਨੂੰ ਤਨਖਾਹ ਦਿੰਦੇ ਨੇ ਕਰਨ ਕੰਮ ਕਰਨ ਦੀ ਭਾਜੀ ਨੇ ਅੰਨਾ ਪੈਸਾ ਕਮਾਇਆ ਹੈ ਟੂਰਨਾਮੈਂਟ 'ਚ ਅਤੇ ਹੁਣ ਭਾਜੀ ਸਾਨੂੰ ਬਹੁਤ ਹੀ ਜ਼ਿਆਦਾ ਇਸ ਸਟ੍ਰੀਮ ਹਮੇਸ਼ਾ ਟ੍ਰੈਂਡਿੰਗ ਰਹੀ ਹੈ ਯੂਟਿਊਬ ਤੋਂ ਬੇਸ਼ੱਕ 6 ਵਿਊਅਰਸ ਨੇ ਸਾਡੇ ਪਰ ਫਿਰ ਵੀ ਟ੍ਰੈਂਡ ਕਰ ਰਹੀ ਹੈ ਯੂਟਿਊਬ ਤੇ ਉਹ 6 ਵਿਊਅਰ ਸਾਡੇ ਦਿਲ ਦੇ ਬੜੇ ਕਰੀਬ ਨੇ ਬਹੁਤ ਜ਼ਿਆਦਾ ਰਵੀ ਕਾਂਤ ਸਰ ਤੋਂ ਬਾਅਦ ਉਹ 6 ਵਿਊਅਰ ਹੀ ਆਉਂਦੇ ਸਾਡੇ ਦਿਲ 'ਚ ਏ ਟੀ ਕੇ ਰਵਿੰਦਰ ਜੀ ਜਿਨ੍ਹਾਂ ਨੇ ਉਹ ਲੰਡੀ ਜੀਬ ਨੂੰ ਰੰਗ ਵੀ ਕਰਾ ਲਿਆ ਹੈ ਗੋਲਡਨ ਟਕਸਾਲੀ ਭਾਈ ਨੇ ਤਾਂ ਚਿੱਟੀ ਲੈ ਕਾਲੀ ਲੈ ਕੇ ਘੁੰਮਦੇ ਸੀ ਇਹਨਾਂ ਨੇ ਗੋਲਡਨ ਲਗਾਈ ਹੈ ਲਾਰੈਂਸ ਰੋਡ 'ਤੇ ਲੱਗ ਰਹੀਆਂ ਨੇ ਗੇੜੀਆਂ ਸ਼ਿਵੇਨ ਭਾਜੀ ਜਿਨ੍ਹਾਂ ਨੇ ਕਲੱਚ ਮਾਰਿਆ ਸੀ ਯਾਰ ਬੇਦਲੀ ਮੈਨੂੰ ਕਹਿੰਦੇ ਨੇ ਕੜਾਚ ਬੱਲੀ ਹੈ ਅਤੇ ਸ਼ਿਵੇਨ ਭਾਜੀ ਦਾ ਨਾਮ ਵੀ ਕੜਾਚ ਹੀ ਰੱਖ ਦਿੱਤਾ ਉਸ ਤੋਂ ਬਾਅਦ ਹੀ ਹੂ ਰਿਮੇਨ ਆਪਣੇ ਕਬੂਤਰ ਦੇ ਨਾਲ ਪਹਿਲਾਂ ਬੰਦੇ ਹੋਏ ਕਬੂਤਰ ਤੋਂ ਮੈਨੂੰ ਡਾਕਟਰ ਅਭਿਸ਼ੇਕ ਅਤਰੀ ਜੀ ਦੀ ਯਾਦ ਆਈ ਕਿ ਜਿੱਦਾਂ ਕਬੂਤਰ ਉਹਦੇ ਮੋਢੇ 'ਤੇ ਬੈਠਾ ਹੈ ਤੁਹਾਡੇ ਮੋਢੇ 'ਤੇ ਅਤਰੀ ਜੀ ਬੈਠੇ ਰਹਿੰਦੇ ਨੇ 24 ਘੰਟੇ ਮੈਂ ਟਕਸਾਲੀ ਜੀ ਨੇ ਜਾਂਗਰਾ ਜੀ ਦੀ ਪਾੜ ਚਾਰਤੀ ਗੋਲੀਆਂ ਨਾਲ ਅਤੇ ਮੈਂ ਉਹ ਡਾਕਟਰ ਹੀ ਹੁਰ ਪੀ ਬੀ 2 ਆਰ ਜੀ ਨੇ ਸਟੀਰੇਡੀਅਨ ਨੂੰ ਸਟੀਰੇਡੀਅਨ ਪੂਰਾ ਚੱਕਤਾ ਕੰਘ ਨੂੰ ਕੰਘ ਭਾਈ ਮੌਤ ਦੇ ਮੂੰਹ ਸਟੀਰੇਡੀਅਨ ਨੂੰ ਆਦਿ ਜੀ ਨੇ ਇੱਥੇ ਤਾਂ ਗੋਲੀਆਂ ਹੀ ਚੱਲੀ ਜਾ ਰਹੀਆਂ ਨੇ ਬਾਹਲਾ ਮਜ਼ਾ ਆ ਰਿਹਾ ਹੈ ਦੋ ਸਕੋਡ ਟੀਮ ਨੰਬਰ 5 ਅਤੇ ਟੀਮ ਨੰਬਰ 2 ਦੀ ਫਾਈਟ ਹੋ ਰਹੀ ਹੈ ਡਾਕਟਰ ਫੇਟ ਨੇ ਚੱਕਿਆ ਆਦਿ ਜੀ ਨੂੰ ਆਦਿ ਜੀ ਗਏ ਲੰਮੇ ਪੈ ਗਏ ਗਲੋਬਲ ਲਾ ਤਾ ਮਾਮਾ ਦੀਪਕ ਜੀ ਟੈਕਨੀਕਲ ਇਸ਼ੂਸ 'ਚ ਫਸ ਗਏ ਨੇ ਅਤੇ ਮਾਬਾ ਓ ਪੀ ਮੈਂ ਤਾਂ ਭਾਈ ਆਪਣੇ ਟਕਸਾਲੀ ਉਹਨਾਂ ਦੇ ਦੋ ਬੰਦਿਆਂ ਦੀ ਪਾੜੀ ਗਈ ਹੈ ਅਤੇ ਦੋ ਬੰਦਿਆਂ ਦੀ ਬਾਜੀ ਗਈ ਹੈ ਹੁਣ ਦੋ ਟੀਮ ਨੰਬਰ 5 ਕਾਲਾ ਮੰਗ ਜਿੱਦਾਂ ਕਾਲਾ ਹੈ ਉਹ ਲੜਨ ਲੱਗ ਰਿਹਾ ਹੈ ਭਾਈ ਤੁਹਾਨੂੰ ਕਿੱਦਾਂ ਪਤਾ ਉਹਨਾਂ ਦਾ ਕਾਲਾ ਭਾਈ ਕਾਲਾ ਮੰਗ ਭਾਈ ਲੱਗਦਾ ਕਿਹੜਾ ਕੱਢ ਕੇ ਆਇਆ ਤੁਸੀਂ ਡਾਕਟਰ ਬਿਸ਼ਪ ਜੀ ਬਹੁਤ ਹੀ ਜ਼ਿਆਦਾ ਜਾਣਕਾਰੀ ਡਾਕਟਰ ਕਾਲਾ ਮੰਗ ਡਾਕਟਰ ਕਾਲਾ ਮੰਗ ਜੀ ਬਾਰੇ ਬਹੁਤ ਹੀ ਖਾਸ ਜਾਣਕਾਰੀ ਰੱਖਦੇ ਹੋਏ ਡਾਕਟਰ ਬਿਸ਼ਪ ਡਾਕਟਰ ਕਾਲਾ ਮੰਗ ਜੀ ਮੇਰੇ ਦਿਲ ਤੇ ਡਿੱਗ ਡਿੱਗ ਬਹੁਤ ਕਰੀਬ ਨੇ ਡਾਕਟਰ ਫੇਜ ਨੇ ਡਾਕਟਰ ਡੇਵਿਲ ਜੀ ਨੂੰ ਘੋੜੀ ਬਣਾ ਦਿੱਤਾ ਅਤੇ ਘੋੜੀ 'ਚ ਪਾਈ ਉਹਨਾਂ ਦੇ ਪਿੱਛੇ ਬੰਬ ਨਾਲ ਨਾਈਟ ਮੇਅਰ ਜੀ ਨੇ ਕਾਲਾ ਮੰਗ ਜੀ ਟਕਸਾਲੀ ਜੀ ਕਾਲਾ ਵੇਖ ਰਹੇ ਨੇ ਸੋਰੀ ਕਾਲਾ ਮੰਗ ਨੂੰ ਵੇਖ ਰਹੇ ਨੇ ਅਤੇ ਗੋਲੀਆਂ ਦੀ ਬੁਛਾਰ ਇੱਥੇ ਉੱਥੇ ਮੈਥੈਕਸ ਮਾਈਕ ਅਤੇ ਟਕਸਾਲੀ ਜੀ ਲੰਡੀ ਜੀਪ ਵਾਲੇ ਜਿਨ੍ਹਾਂ ਦੀ ਸਹੇਲੀ ਹਜੇ ਵੀ ਨਹੀਂ ਮੰਨੀ ਉਹਨਾਂ ਤੋਂ ਦੀਪਕ ਜੀ ਦੀ ਸਹੇਲੀ ਦੀ ਫੋਟੋਆਂ ਪੈ ਰਹੀਆਂ ਨੇ ਪੂਰੇ ਇੰਸਟਾਗ੍ਰਾਮ 'ਤੇ ਫੈਲੀਆਂ ਹੋਈਆਂ ਕਪਲ ਗੋਲਸ ਦੇ ਨਾਂ 'ਤੇ ਇਹਨੂੰ ਕਹਿੰਦੇ ਭਾਈ ਡਾਕਟਰ ਦੀਪਕ ਅੰਗੁਰਾਲ ਭਾਈ ਦੀ ਸਹੇਲੀ ਨੂੰ ਕਿਰਪਾਲਤਾ ਕੀਤੀ ਜਾਂਦੀ ਉਹ ਭਾਈ ਦਾ ਦਿਲ ਲਾਏ ਰੱਖਦੇ ਫੋਟੋਆਂ ਖਿੱਚੀਆਂ ਰੱਖਦੀਆਂ ਭਾਅ ਜੀ ਵੀ ਤੁਹਾਨੂੰ ਕਾਲਾ ਕਾਲਾ ਕੁਛ ਭੇਜੂਗੇ ਭਾਈ ਸੀ ਆਰ ਦਾ ਚਿੱਟਾ ਚਿੱਟਾ ਰੰਗ ਨਹੀਂ ਗਲੋ ਕਰਦਾ ਬਾਲੀ ਕੋਲ ਬੱਤੀ ਉਹ ਵਜ਼ੀਰ ਜੀ ਨੇ ਜੱਸੀ ਸੁਮਨ ਜੀ ਨੂੰ ਬਣਾਇਆ ਕੋੜੀ ਰਵਿੰਦਰ ਜੀ ਸਾਡੇ ਔਰਗਨਾਈਜ਼ਰ ਸਾਹਿਬ ਅੱਜ ਬਾਲਾ ਫੋਮ 'ਚ ਨੇ ਹੱਥਾਂ 'ਚ ਲਾਈ ਇਹਨਾਂ ਨੇ ਮਲਾਈ ਚਿੱਟੇ ਰੰਗ ਦੀ ਆਤੰਕੀ ਰਵਿੰਦਰ ਜੀ ਕਿਆ ਹਾ 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 4 ਕਿਲ ਹੋ ਗਏ ਇਹਨਾਂ ਦੀ ਟੀਮ ਦੇ ਰਵਿੰਦਰ ਜੀ ਮੰਨਦੇ ਅੱਜ ਭਾਈ ਭਾਜੀ ਨੇ ਪਹਿਲੇ ਹੀ ਈਸੀ 'ਚ ਗੱਲ ਕੀਤੀ ਹੋਈ ਹੈ ਆਪਾਂ ਜਾ ਕੇ ਭਾਈ ਦਾ ਸਿਰਫ ਨਾਮ ਲੈਣਾ ਹੈ ਭਾਈ ਨੇ ਲਾਈ ਓ ਹੋ ਹੋ ਛਲਾ ਕਿੰਨਾ ਲੰਨ ਬੰਦੇ ਨੇ ਲੰਨ ਦਾ ਉਪਯੋਗ ਕਰਕੇ ਬੰਦਾ ਮਾਰਿਆ ਇੱਕ ਹੁਣ
ਭਾਈ ਨੇ ਸ਼ਾਲਾ ਮਾਰ ਮਾਰ ਖੜਾ ਕੀਤਾ ਬਹੁਤ ਸ਼ਾਨਦਾਰ ਨਾਮ ਟੀਮ 8 ਦੇ ਮੈਂਬਰ ਕਿੰਨਾ ਲੰਡ ਬੰਦਾ ਜੀ ਤਾਲੀਆਂ ਤਾਲੀਆਂ ਭਾਈ ਦੇ ਨਾਮ ਵਾਸਤੇ ਭਾਈ ਨੇ ਲੈਨ ਖੜਾ ਕਰਕੇ ਮਾਰਿਆ ਚੱਕ ਕੇ ਮੈਚ ਖਤਮ ਹੋਣ ਤੋਂ ਬਾਅਦ ਭਾਜੀ ਨੂੰ ਸਨਮਾਨਿਤ ਕੀਤਾ ਜਾਏਗਾ ਇੰਨੇ ਯੂਨੀਕ ਨਾਮ ਮੈਨ ਆਫ ਦੀ ਮੈਚ ਤਾਂ ਭਾਜੀ ਪਹਿਲੇ ਹੀ ਘੋਸ਼ਿਤ ਕਰ ਦਿੱਤੇ ਜਿੱਦਾਂ ਦਾ ਭਾਜੀ ਨੇ ਯੂਜ਼ਰ ਨੇਮ ਰੱਖਿਆ ਹੈ ਭਾਈ ਰੀਨੇਮ ਕਾਰਡ ਵੀ ਨਹੀਂ ਮਿਲਣਾ ਤੁਹਾਡੀ ਤਾਂ ਸਹੇਲੀ ਨੇ ਵੀ ਕਹਿਣਾ ਕਹਿੰਦੇ ਮੇਰਾ ਸਹੇਲਾ ਕਿੰਨਾ ਲੰਨ ਬੰਦਾ ਡਾਕੂ ਮਿੰਕੂ ਜੀ ਨੇ ਚੱਕਿਆ ਊਜ਼ੀ ਨਾਲ ਊਜ਼ੀ ਵੀ ਭਾਈ ਦੇ ਲੰਨ ਤੋਂ ਛੋਟੀ ਹੈ ਭਾਜੀ ਦਾ ਹੁਣ ਆਪਾਂ ਸਤਿਕਾਰ ਵੀ ਉਹ ਅਲਵਿਦਾ ਕਰਦੇ ਨੇ ਕਿਉਂਕਿ ਭਾਜੀ ਕਿੰਨੇ ਲੰਨ ਨੇ ਸੋਰੀ ਭਾਜੀ ਜੇ ਤੁਹਾਨੂੰ ਬੁਰਾ ਮੰਨਿਆ ਤਾਂ ਮੰਨ ਲਓ ਪਰ ਅੱਜ ਤੁਸੀਂ ਕਮਾਲ ਕਰਤੀ ਇੱਦਾਂ ਦਾ ਯੂਜ਼ਰ ਨੇਮ ਰੱਖ ਕੇ ਤੇ ਰਿਪਨ ਜੀ ਦੇ 2 ਕਿੱਲ ਕਿੰਨੇ ਲੰਨ ਦੇ 2 ਕਿੱਲ ਲੰਨ ਇੱਕ ਭਾਈ ਦੇ 3 ਕਿੱਲ ਹੋ ਗਏ ਤਾਂ ਭਾਈ ਦਾ ਲੰਨ ਅਤੇ 2 ਟੱਟੇ ਹੋ ਜਾਣਗੇ ਕੁੜੀ ਜੋ ਵੀ ਸਾਡੇ ਨਾਲ ਫੀਮੇਲ ਮੈਂਬਰ ਜੁੜੀਆਂ ਨੇ ਇਹ ਗੱਲਾਂ ਕੱਟ ਦਿੱਤੀਆਂ ਜਾਣ ਪਰ ਉੱਦਾਂ ਟੋਟਲ 4 ਵਿਊਅਰ ਹੀ ਨੇ ਤਾਂ ਮੈਨੂੰ ਪਤਾ ਹੈ ਵਿੱਚੋਂ 3 ਕੁੜੀਆਂ ਨਹੀਂ ਹੋਣਗੀਆਂ ਅਤੇ ਇੱਥੇ ਕੋਈ ਪਿੱਛੇ ਭਾਈ ਲੇਟ ਗਏ ਨੇ ਭਾਈ ਕਹਿੰਦੇ ਪਿੱਛੇ ਪਾ ਦਿਓ ਕੋਈ ਪਾਉਣ ਨੂੰ ਰਾਜੀ ਨਹੀਂ ਭਾਜੀ ਦੇ ਅਤੇ ਇੱਥੇ ਡਾਕੂ ਮਿੰਕੂ ਜੀ ਹਜੇ ਆਪਾਂ ਭਾਈ ਨੂੰ ਸਪੈਕਟੇਟ ਕੀਤਾ ਅਤੇ ਭਾਈ ਨੇ ਪੜਵਾ ਲਈ ਕਾਲਾ ਬਾਲਾ ਜਿਹਦਾ ਕਾਲਾ ਹੈ ਅਤੇ ਉਹ ਨੌਕ ਹੋ ਗਿਆ ਹੈ ਉਹ ਵੀ ਭਾਜੀ ਡਾਕਟਰ ਨੱਡਾ ਜੀ ਤੋਂ ਇੰਸਪਾਇਰ ਹੋ ਕੇ ਜ਼ੋਨ ਦੇ ਬਾਹਰ ਚੱਕੇ ਗਏ ਨੇ 22 ਬੰਦੇ ਸਾਡੇ ਨਾਲ ਰਹਿ ਚੁੱਕੇ ਨੇ ਸਾਰੇ ਇੱਕ ਦੂਜੇ ਦਾ ਦੇਖਣ ਨੂੰ ਤਿਆਰ ਨੇ ਔਜ਼ਾਰ ਅਤਰੀ ਜੀ ਦੇ ਸ਼ਬਦ 'ਚ ਇਹਨਾਂ ਕੋਲ ਸ਼ਸਤਰ ਨਹੀਂ ਹੈ ਅਤੇ ਕਾਫੀ ਲੋਕ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਸਾਡੇ 3rd ਪ੍ਰੋਫ ਦੇ CR ਸਾਡਾ ਸਾਥ ਕਦੀ ਨਹੀਂ ਛੱਡੂਗੇ ਡਾਕਟਰ ਰਿਤੇਸ਼ ਨੰਗਲ ਭਾਈ ਤੁਹਾਡੇ ਲਈ ਮੈਡ ਲਵ ਫੋਰ ਯੂ ਤੁਸੀਂ ਸਾਡੇ ਦਿਲ ਦੇ ਬੜੇ ਕਰੀਬ ਨੇ ਅਤੇ ਕਿੰਨਾ ਲੰਨ ਬੰਦੇ ਦੇ ਵੀ ਕਰੀਬ ਜਾ ਰਹੇ ਹੁਣ ਤੁਸੀਂ ਇੱਕ ਭਾਈ ਗੋਲੀਆਂ ਚਲਾਉਣ ਡੇ ਨੇ ਇੱਧਰ ਉੱਧਰ ਅਤੇ ਕਿੰਗ ਭਾਜੀ ਹੁਣ ਹੈਲਥ ਲਾ ਰਹੇ ਨੇ ਪਰ ਮੈਨੂੰ ਕੀ ਲੱਗਦਾ ਅੱਜ ਰਵਿੰਦਰ ਭਾਜੀ ਬਹੁਤ ਮਾਰ ਮਾਰ ਕੇ ਆਏ ਆ ਬਾਲਾ ਆਕਸੀਟੋਸਿਨ ਉਹਨਾਂ ਦਾ ਰਿਲੀਜ਼ ਹੋ ਚੁੱਕਾ ਹੈ ਹੁਣ ਤੱਕ ਹੁਣ ਦੇਖਦੇ ਹਾਂ ਉਹ ਸਾਨੂੰ ਦੁੱਧ ਪਿਆਉਂਦੇ ਈਸੀ 'ਚ ਸਾਡਾ ਖਾਤਾ ਖਿਲਾ ਦਿੱਤਾ ਜਾਵੇ ਰਿਤੇਸ਼ ਨੰਗਲ ਭਾਈ ਨੂੰ ਇੱਕ ਕਿਰਪਾਲ ਤੱਕ ਜਾਂਦੀ ਹੈ ਜੇ ਉਹ ਅੱਜ ਦਾ ਮੈਚ ਜਿੱਤਦੇ ਆ ਅਤੇ ਫਿਰ ਨਵੀਨ ਜੀ ਨੂੰ ਕਹਿ ਦਿੱਤਾ ਜਾਵੇ ਕਿ ਅਗਲੇ 7 ਦਿਨ ਤੋਂ ਮੇਰੇ ਅਤੇ ਮੇਰੀ ਸਹੇਲੀ ਨੂੰ ਫਰੀ ਕੌਫੀ ਦਿੱਤੀ ਜਾਊਗੀ ਕਿਉਂਕਿ ਉੱਦਣ ਦੀਪਕ ਜੀ ਦੇ ਕਾਰਨ ਮੇਰੇ 120 ਰੁਪਈਏ ਲੱਗ ਗਏ ਕੌਫੀ 'ਤੇ ਬਲਕਿ ਦੀਪਕ ਜੀ ਦੀ ਸਹੇਲੀ ਨੂੰ ਪਿਆਈ ਮੈਂ ਕੌਫੀ ਅਤੇ ਪੈਸੇ ਮੇਰੇ ਲੱਗ ਗਏ ਡਾਕਟਰ ਹੁਣ ਭਾਜੀ ਲੰਡੀ ਜੀਪ 'ਤੇ ਘੁੰਮਦੇ ਨੇ ਅਤੇ ਭਾਜੀ ਦਾ ਕਿੰਨਾ ਲੰਨ ਬੰਦਾ ਫਿਰ ਆਪਣਾ ਇਕੱਲਾ ਹੀ ਜਾ ਰਿਹਾ ਪੂਰੀ ਟੀਮ 3 ਗੱਡੀ 'ਚ ਜਾ ਰਹੀ ਅਤੇ ਕਿੰਨਾ ਲੰਨ ਬੰਦਾ ਇਕੱਲਾ ਜਾ ਰਿਹਾ ਉਹ ਵਿਚਾਰਾ 14 ਨੰਬਰ ਦਾ ਬਲਤਕਾਰ ਹੋਣ ਜਾ ਰਿਹਾ ਹੈ ਗੈਂਗ ਬੈਂਗ ਗੋਲੀਆਂ ਚੱਲ ਰਹੀਆਂ ਨੇ ਕਿੰਨਾ ਲੰਨ ਬੰਦਾ ਡਾਕਟਰ ਡੈਵਿਨ ਨੇ 14 ਨੂੰ ਚੋਦਿਆ ਅਤੇ ਹੁਣ ਅੱਗੇ ਵਧਣ ਨੂੰ ਤਿਆਰ ਨੇ ਕਿੰਨਾ ਲੰਨ ਬੰਦਾ ਭਾਜੀ ਮੇਰਾ ਦਿਲੋਂ ਮੈਂ ਚਾਹੁੰਦਾ ਕਿ ਤੁਸੀਂ ਇਹ ਮੈਚ ਜਿੱਤੋ ਅਤੇ ਆਪਾਂ ਤੁਹਾਨੂੰ ਆ ਕੇ ਬੁੱਕੇ ਦੇ ਨਾਲ ਲੰਨ ਦਈਏ ਭਾਜੀ ਫਿਰ ਇਕੱਲੇ ਜਾ ਰਹੇ ਨੇ ਕੀ ਕੀਤਾ ਜਾਵੇ ਦੀਪਕ ਜੀ ਟਕਸਾਲੀ ਜੀ ਹਜੇ ਵੀ ਇਕੱਲੇ ਨੇ ਉਹਨਾਂ ਦੇ ਨਾਲ ਮੈਥ ਐਕਸ ਮਾਈਕ ਜਿਨ੍ਹਾਂ ਨੇ ਹਜੇ ਤੱਕ ਕੱਖ ਨਹੀਂ ਕੀਤਾ ਪੂਰੇ ਮੈਚ 'ਚ ਟੀਮ ਨੰਬਰ ਵਨ ਹੈ ਇਹਨਾਂ ਦਾ ਇੱਕ ਹਜੇ ਤੱਕ ਇੱਕ ਖਾਤਾ ਵੀ ਨਹੀਂ ਖੋਲਿਆ ਪੂਰੇ ਮੈਚ 'ਚ ਹੁਣ ਭਾਈ ਦੀ ਐਕਸ ਸਹੇਲੀ ਨਾਲ ਭਾਈ ਗੱਲਾਂ ਕਰ ਰਹੇ ਨੇ ਭਾਈ ਦਾ ਪਹਿਲਾ ਪਿਆਰ ਕਾਲਜ 'ਚ ਆਉਂਦੇ ਸਾਰ
ਭਾਜੀ ਪਿਛਲੇ ਹਫਤੇ ਮਨਾਲੀ ਜਾ ਕੇ ਆਏ ਨੇ ਤੇ ਮਨਾਲੀ ਚ ਮਨਾਲੀ ਸੀ ਉਹਨਾਂ ਨੇ 9 ਵਿਊਅਰ ਹੋ ਗਏ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਹੁਣ ਤਾਂ ਰਵਿੰਦਰ ਜੀ ਨੂੰ ਕਿਰਪਾਲ ਤੱਕ ਦੀ ਜਾਂਦੀ ਹੈ ਉਹਨਾਂ ਨੂੰ ਜਿਹੜੇ ਵੀ ਯੂਟਿਊਬ ਤੋਂ ਪੈਸੇ ਆਉਣ ਸਾਡਾ ਵਿੱਚ ਸ਼ੇਅਰ ਮਿਲਿਆ ਜਾਵੇ ਕਿਉਂਕਿ ਆਪਾਂ ਕਿੰਨੇ ਲੰਨ ਬੰਦੇ ਲਈ ਇੱਕ ਉਪਹਾਰ ਲੈ ਕੇ ਆਉਣਾ ਹੈ ਡਾਕਟਰ ਹੀ ਹੂ ਰਿਮੇਨ ਜੀ ਹਜੇ ਵੀ ਇਕੱਲੇ ਨੇ ਸ਼ਿਵੇਨ ਜੀ ਸ਼ਿਵੇਨ ਜੀ ਕਲੱਚ ਗੋਡ ਹਜੇ ਤੱਕ ਕੱਖ ਨਹੀਂ ਕਰ ਪਾਏ ਜੋਨਥਨ ਦੇ ਮੁੰਡੇ ਭੈਣ ਚੋਦ ਫਰਾਈਡੇ ਹੈ ਕਿੰਨਾ ਲੰਨ ਬੰਦਾ ਜੀ ਤੁਹਾਡੇ ਮੈਂ ਕਿਰਪਾਲ ਦਾ ਕਿਤੇ ਜਾਂਦਾ ਹਾਂ ਕਿ ਤੁਸੀਂ ਰਿਤੇਸ਼ ਨੰਗਲ ਦੀ ਟੀਮ 'ਚ ਅਗਲੀ ਵਾਰੀ ਹੋਈ ਹੋ ਕਿਉਂਕਿ ਉਹ ਭਾਜੀ ਨੂੰ ਨਹੀਂ ਨਹੀਂ ਕੁਛ ਨਹੀਂ ਆਤੰਕੀ ਰਵਿੰਦਰ ਜੀ ਆਤੰਕੀ ਰਵਿੰਦਰ ਜੀ ਛੱਕਾ ਲਾ ਕੇ ਸੋਰੀ ਸਿਕਸ ਪੈਕਸ ਲਾ ਕੇ ਵੇਖਣ ਡੇ ਨੇ ਇੱਧਰ ਉੱਧਰ ਕਿੰਨਾ ਲੰਨ ਬੰਦਾ ਲੰਨ ਵਾਂਗੂ ਲੇਟਿਆ ਹੋਇਆ ਹੈ ਬੈਠਾ ਹੋਇਆ ਹੈ ਇੱਧਰ ਉੱਧਰ ਸਕੋਪ ਲਾ ਰਿਹਾ ਹੈ ਰਿਪਨ ਜੀ ਰਿਪਨ ਜੀ ਕਹਿ ਰਹੇ ਲੰਨ ਬਹਿ ਜਾ ਪਰ ਉਹ ਕਹਿੰਦਾ ਨਹੀਂ ਮੈਂ ਲੇਟਣਾ ਹੁਣ ਉਹ ਬਿਨਾਂ ਲੰਨ ਤੋਂ ਅੱਗੇ ਵੱਧ ਰਹੇ ਆ ਡਾਕਟਰ ਬਿਸ਼ਪ ਜੀ ਬਹੁਤ ਹੀ ਜ਼ਿਆਦਾ ਅਸ਼ਲੀਲ ਹੁੰਦੇ ਅੱਜ ਕੱਲ੍ਹ ਟੌਕਸਿਕ ਗੱਲਾਂ ਦੀ ਕਿਰਪਾਲਤਾ ਨਾ ਕੀਤੀ ਜਾਵੇ ਮਾਂਬਾ ਓਪੀ ਆਪਣਾ ਮਾਂਬਾ ਲੈ ਕੇ ਖੜਾ ਹੈ ਇੱਥੇ ਪਰ ਮਾਂਬਾ ਜੀ ਦੀ ਸਹੇਲੀ ਮੰਨੀ ਨਹੀਂ ਸੀ ਭਾਈ ਇੱਧਰ ਉੱਧਰ ਲੈ ਕੇ ਘੁੰਮ ਰਿਹਾ ਆਪਣਾ ਸੱਪ ਕਿ ਕੋਈ ਤਾਂ ਲੈ ਲਓ ਅਤੇ ਕੋਈ ਲੈਣ ਨੂੰ ਤਿਆਰ ਨਹੀਂ ਹੁਣ ਮਾਂਬਾ ਜੀ ਗੱਡੀ 'ਚ ਬਿਠਾ ਕੇ ਦੇਣ ਜਾ ਰਹੇ ਕਿਸੇ ਨੂੰ ਭਾਈ ਕੋਟੇ ਹੋ ਗਏ ਆ ਹੁਣ ਭਾਈ ਲੇਟ ਗਏ ਆ ਭਾਈ ਦੇਖ ਕੇ ਸਾਰਿਆਂ ਦਾ ਖੜ ਗਿਆ ਹੈ ਕਿੰਨਾ ਲੰਨ ਬੰਦਾ ਭੱਜ ਕੇ ਆ ਰਿਹਾ ਦੀਪਕ ਜੀ ਦੇ ਘਰ ਦਾ ਫੋਨ ਆ ਚੁੱਕਾ ਹੈ ਅਤੇ ਉਹ ਆਪਣੀ ਬਹਾਨਾ ਮਾਰ ਕੇ ਸਹੇਲੀ ਨਾਲ ਗੱਲ ਕਰਨ ਚੱਲੇ ਨੇ ਸਭ ਪਤਾ ਸਾਨੂੰ ਹੁਣ ਟਕਸਾਲੀ ਜੀ ਟੀ ਪੀ ਪੀ ਲੈਂਦੇ ਹੋਏ ਮਾਂਬਾ ਜੀ ਕੋਈ ਤਾਂ ਕਿੱਲ ਕਰ ਲਓ ਸੈਰੋਟੋਨਿਨ ਭਾਜੀ ਤੁਸੀਂ ਕੱਖ ਨਹੀਂ ਕੀਤਾ ਕੀ ਫਾਇਦਾ ਤੁਹਾਡਾ ਨਾਮ ਦਾ ਸੈਰੋਟੋਨਿਨ ਅਤੇ ਰਿਤੇਸ਼ ਨੰਗਲ ਭਾਈ ਦੀ ਟੀਮ ਕਾਫੀ ਅੱਗੇ ਵੱਧ ਰਹੀ ਹੈ ਨਾਲ ਕਿੰਗ ਅਤੇ ਨਾਈਟ ਮੇਅਰ ਹੁਣ ਓਪਨ ਫੀਲਡ ਮੈਚ ਹੋ ਰਿਹਾ ਹੈ ਸਿਕਸ ਐਕਸ ਲਾ ਕੇ ਰਿਤੇਸ਼ ਨੰਗਲ ਭਾਈ ਵੇਖਣ ਡੇ ਨੇ ਇੱਧਰ ਉੱਧਰ ਕੁਛ ਹੋ ਪਾਊਗਾ ਕਿ ਨਹੀਂ ਗੋਲੀਆਂ ਦੀ ਬਿਸ਼ਾਰ ਹੋਣ ਲੱਗੀ ਹੈ ਮੈਨੂੰ ਜ਼ਰੂਰ ਇਹ ਅੰਦੇਸ਼ਾ ਹੋ ਰਿਹਾ ਹੈ ਅਤੇ ਰਿਪਨ ਜੀ ਰਿਪਨ ਕਾਲੋਂ ਭਾਜੀ ਕਾਲੋਂ ਦਾ ਮੁੰਡਾ ਜੇ ਵਿਆਹ ਕੇ ਲੈ ਜਾਵੇ ਕਾਲੀ ਬੱਗੀ ਉੱਤੇ ਬਿਠਾ ਕੇ ਲੈ ਜਾਵੇ ਭਾਈ ਤਿਆਰ ਨੇ ਗੋਲੀਆਂ ਚਲਾਉਣ ਨੂੰ ਸਾਨੂੰ ਪਤਾ ਲਿੱਤਾ ਗਿਆ ਰਿਪਨ ਕਾਲੋਂ ਦੀ ਨਹੀਂ ਨੇ ਇਹ ਉਹਨਾਂ ਦੇ ਕੋਈ ਡੁਪਲੀਕੇਟ ਹਮਸ਼ਕਲ ਨੇ ਅਤੇ ਆਪਾਂ ਮਾਫ਼ੀ ਮੰਗਦੇ ਹਾਂ ਡਾਕਟਰ ਰਿਪਨ ਕਾਲੋਂ ਭਾਜੀ ਤਾਂ ਜੇ ਤੁਸੀਂ ਸਾਨੂੰ ਵੇਖ ਰਹੇ ਪਰ ਤੁਹਾਨੂੰ ਪਤਾ ਤੁਸੀਂ ਇਹ ਨਹੀਂ ਵੇਖ ਰਹੇ ਹੋਵੋਗੇ ਓਬਵੀਅਸਲੀ ਇਹ ਆਪ ਸਾਡੇ ਆਪਣੇ ਨਹੀਂ ਵੇਖ ਰਹੇ ਤੁਸੀਂ ਕਿੱਦਾਂ ਵੇਖ ਲਉਂਗੇ ਪਰ ਚਲੋ ਠੀਕ ਆ ਭਾਈ ਮਾਫ਼ੀ ਮੰਗਦੇ ਨੇ ਵੱਡਾ ਦਿਲ ਤਾਂ ਕਿੰਨਾ ਲੰਨ ਬੰਦੇ ਨੂੰ ਸੇਕ ਕੇ ਮਾਫ਼ ਕਰ ਦਿਓ ਸਾਨੂੰ ਅਤੇ ਹੁਣ ਸਾਡੇ ਨਾਲ ਫੋਨ ਆ ਰਿਹਾ ਡਾਕਟਰ ਅਭਿਸ਼ੇਕ ਅਤਰੀ ਭਾਜੀ ਗੁਰਦਾਸਪੁਰ ਤੋਂ ਸਾਡੇ ਨਾਲ ਜੁੜਨ ਜਾ ਰਹੇ ਨੇ ਲਾਈਵ ਸਟ੍ਰੀਮ ਦੇ ਵਿੱਚ ਡਾਕਟਰ ਅਭਿਸ਼ੇਕ ਬੱਤਰੀ ਅਤੇ ਭਾਜੀ ਨੇ ਪੁੱਛਿਆ ਕਿ ਕਿਹੜਾ ਡਾਇਗ੍ਰਾਮ ਬਣਾਉਣਾ ਹੈ ਅਤੇ ਇੱਥੇ ਗੋਲੀਆਂ ਚੱਲੀਆਂ ਅਤੇ ਭਾਜੀ ਤੁਸੀਂ ਡਾਇਗ੍ਰਾਮਾਂ ਦੀ ਗੱਲਾਂ ਕਰ ਰਹੇ ਹੋ ਆਪਾਂ ਤੁਹਾਨੂੰ ਆ ਕੇ ਦੱਸਦੇ ਹਾਂ 3 ਡਾਇਗ੍ਰਾਮ ਬਣਾਉਣੇ ਭਾਜੀ ਜਿੰਨੇ ਤੁਹਾਡੇ ਲੱਗੇ ਹਾਂਜੀ ਜਿੰਨੇ ਤੁਹਾਡੇ ਮੋਹਰੇ ਨੇ ਉਨੇ ਡਾਇਗ੍ਰਾਮ ਬਣਾ ਦਿਓ ਭਾਈ ਇਹ ਇੱਦਾਂ ਦੀ ਗੱਲਾਂ ਸਟ੍ਰੀਮ 'ਤੇ ਨਾ ਕਰੋ ਰਿਤੇਸ਼ ਨੰਗਲ ਭਾਜੀ ਵੀ ਸਾਡੇ ਨਾਲ ਜੁੜੇ ਹੋਏ ਚਲੋ ਭਾਈ ਬੀ ਬਲੋਕ 'ਚ ਭਾਈ ਦੀ ਜਿਹੜੀ ਵੀ ਸਹੇਲੀ ਹੈ ਭਾਈ ਨੂੰ ਮੈਸੇਜ ਕਰ ਦਿਓ ਸੱਚ ਤੁਹਾਨੂੰ ਮੈਂ ਉੱਦਾਂ ਦਾ ਦੱਸਣ ਜਾ ਰਿਹਾ ਜਾਂ ਭਾਈ ਦੀ ਸਹੇਲੀ ਹੁਣ ਕਿਸੇ ਹੋਰ ਦੀ ਸਹੇਲੀ ਬਣਨ ਨੂੰ ਤਿਆਰ ਹੈ ਹੁਣ ਅਤੇ ਨਿਊਕਲੀਅਰ ਹਰਕੀ ਨੇ ਕਿਲਰ ਦੀ ਕੱਢੀ ਇੱਕ ਗੋਲੀ ਭਾਜੀ ਕਹਿੰਦੇ ਪਰੋਟਿਡ ਗਲੈਂਡ ਅਤੇ ਕਿਸ ਦਿੱਤੀ ਉਹਦੇ ਸਹੇਲੀ ਨੇ ਉਹਨੂੰ ਦੇਖ ਬਣਾਉਣਾ ਬਣਾਉਣਾ ਹਿਟਮੈਨ ਮਾਂਬਾ ਓਪੀ ਨੇ ਇੱਕ ਕਿਲ ਕਰਕੇ ਬਾਹਲੀ ਗੋਲੀਆਂ ਚੱਲ ਰਹੇ 19 ਓਪਨ ਫੀਲਡ ਸਾਰੇ ਇੱਧਰ ਉੱਧਰ ਇੱਕ ਦੂਜੇ ਪਾਰਟਨਰ ਨੇ ਲੇਟ ਗਏ ਨੇ ਕੋਡੇ ਹੋ ਕੇ ਲੇਟ ਗਏ ਨੇ ਪਿੱਛੇ ਪਾਉਣ ਨੂੰ ਤਿਆਰ ਸਾਰੇ ਇੱਕ ਦੂਜੇ ਦੇ
ਡਾਕਟਰ ਹੀ ਹੂ ਰਿਮੇਨ ਅ ਨਾਈਟਮੇਅਰ ਜੋ ਕਿ ਭਾਜੀ ਸਾਡੇ ਰਿਤੇਸ਼ ਨੰਗਲ ਭਾਈ ਦੀ ਟੀਮ ਹੈ ਭਾਈ ਨੇ ਕੀਤਾ ਸਮੋਕਿੰਗ ਅੱਗੇ ਵੱਧ ਰਿਹਾ ਹੈ ਕੀ ਹੋਏਗਾ ਮੈਨੂੰ ਕੱਖ ਨਹੀਂ ਪਤਾ ਚਲੋ 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 ਭੱਜੋ ਇੱਧਰ ਉੱਧਰ ਭਾਜੀ ਜ਼ੋਨ ਦੇ ਬਾਹਰ ਰਹਿ ਗਏ ਆ ਅੱਗੇ ਵੱਧੋ ਭਾਜੀ ਭਾਈ ਨੇ ਗੋਲੀਆਂ ਚਲਾ ਦਿੱਤੀਆਂ ਰਿਪਨ ਰਿਪਨ 'ਤੇ ਭਾਜੀ ਖੁੱਲ੍ਹਾ ਅਸਲਾ ਚਲਾਈ ਜਾਂਦੇ ਨੇ ਜਿੱਦਾਂ ਇਹਨਾਂ ਦੇ ਘਰ 'ਤੇ ਬੰਦੂਕ ਲੱਗੀਆਂ ਫਰੀ ਦੀ ਗੋਲੀਆਂ ਚਲਾਈ ਜਾ ਰਹੇ ਨੇ ਅਤੇ ਹੁਣ ਆਪਾਂ ਵੀ ਸਟ੍ਰੀਕ 'ਤੇ ਹੁਣ ਰਿਤੇਸ਼ ਨੰਗਲ ਭਾਅ ਜੀ ਨੂੰ ਕਿਸੇ ਨੇ ਗੋਡਾ ਕਰ ਦਿੱਤਾ ਹੈ ਅਤੇ ਭਾਅ ਜੀ ਮੋਕਸ਼ ਪ੍ਰਾਪਤ ਕਰਨ ਜਾ ਰਹੇ ਨੇ ਬੜਾ ਬੁਰਾ ਹੋਇਆ ਭਾਅ ਜੀ ਸੋਰੀ ਜੇ ਤੁਸੀਂ ਹੁਣ ਕੌਫੀ ਪਿਆਉਣਾ ਕੈਂਸਲ ਕਰਨਾ ਚਾਹੁੰਦੇ ਹੋ ਤਾਂ ਆਪਾਂ ਕੋਈ ਮਨਾ ਨਹੀਂ ਕਰਾਂਗੇ ਤੁਹਾਨੂੰ ਸਿਰਫ ਥੋੜ੍ਹੀਆਂ ਜਿਹੀ ਟੀਮਾਂ ਰਹਿ ਗਈਆਂ ਨੇ ਕਿੰਨਾ ਲੰਨ ਬੰਦੇ ਨੂੰ ਆਪਾਂ ਵੇਖ ਰਹੇ ਹਾਂ ਸਿਕਸ ਐਕਸ ਲਾ ਕੇ ਹਿਟਮੈਨ ਸ਼ੈਡੋ ਵੱਲ ਵੇਖ ਰਿਹਾ ਅਨੂਪ ਓਪੀ ਵੱਲ ਗੋਲੀਆਂ ਉਹਨਾਂ ਨੇ ਸਿਰ ਦਿਖਾਇਆ ਭਾਈ ਸਿਰ ਪਾੜਨ ਨੂੰ ਤਿਆਰ ਨੇ ਅਤੇ ਰਵਿੰਦਰ ਜੀ ਸਾਡੇ ਔਰਗਨਾਈਜ਼ਰ ਰਵਿੰਦਰ ਜੀ 3 ਕਿੱਲ ਦੇ ਨਾਲ ਬੈਠੇ ਨੇ ਭਾਈ ਅੱਜ ਤੁਹਾਡਾ ਚਿਕਨ ਡਿਨਰ ਆਉਂਦਾ ਹੈ ਤਾਂ ਤੁਹਾਨੂੰ ਕਿਹਾ ਕੋਈ ਕੰਜੂਸੀ ਨਾ ਵਰਤੀ ਜਾਵੇ ਅਤੇ ਦਿਲ ਖੋਲ੍ਹ ਕੇ ਖਰਚਾ ਕੀਤਾ ਜਾਵੇ ਮੈਕਡੀ 'ਚ ਦੋ ਬਰਗਰ ਮੰਗਵਾਏ ਜਾਣ ਸਾਡੇ ਵਾਸਤੇ ਅਤੇ ਹਿਟਮੈਨ ਦੀ ਪੂਰੀ ਟੀਮ ਬਚੀ ਹੋਈ ਹੈ ਟੀਮ ਨੰਬਰ 8 ਦੇ ਪੂਰੀ ਟੀਮ ਬਚੀ ਹੋਈ ਹੈ ਅਤੇ ਨਿਊਕਲੀਅਰ ਹਰਕੀ ਇਕੱਲਾ ਹੀ ਲੱਗਾ ਹੋਇਆ ਬੇਚਾਰਾ ਇੱਧਰ ਉੱਧਰ ਬੰਬ ਸੁੱਟੀ ਜਾ ਰਿਹਾ ਕੋਈ ਤਾਂ ਮਰਵਾ ਲਓ ਅਤੇ ਹਰਕੀ ਜੀ ਤਾਂ ਕੋਈ ਨਹੀਂ ਮਰ ਰਿਹਾ ਬਸ ਬੰਬ ਸੁੱਟੀ ਜਾ ਰਹੇ ਨੇ ਇੱਧਰ ਉੱਧਰ ਵੱਡੇ ਉਸਾਮਾ ਲਦੇਨ ਬਣੇ ਨੇ ਕਿੰਨਾ ਲੰਨ ਬੰਦਾ ਲੰਨ ਖੋਲ੍ਹ ਕੇ ਬੈਠਾ ਅਤੇ 1 ਵਜੀ ਗੋਲੀ ਸਿਰ 'ਚ ਸਿੱਧਾ ਖੋਲ੍ਹਿਆ ਸਿਰ ਅਤੇ ਹੁਣ ਸਾਡੇ ਵੀ ਘਰਦਿਆਂ ਦਾ ਫੋਨ ਆ ਗਿਆ ਦੀਪਕ ਜੀ ਸਾਡੇ ਤੋਂ ਵਾਪਸ ਆ ਗਏ ਨੇ ਡਾਕਟਰ ਅਭਿਸ਼ੇਕ ਅਤਰੀ ਜੀ ਨੂੰ ਫੋਨ ਕੀਤਾ ਸੀਗਾ ਭਾਅ ਜੀ ਉਹਨਾਂ ਨਾਲ ਗੱਲ ਕੀਤੀ ਜਾਵੇ ਡਾਕਟਰ ਐਚ ਟੀ ਐਮ ਮਾਂਬਾ ਓ ਪੀ ਟੀਮ 1 ਦੇ ਮੈਂਬਰ ਟੀਮ 8 'ਤੇ ਨਿਸ਼ਾਨਾ ਬਣਾਉਂਦੇ ਹੋਏ ਮਾਝੇ ਵੱਲੋਂ ਭਾਅ ਜੀ ਵੀ ਏ ਕੇ ਐਮ ਦੇ ਨਾਲ ਪੂਰਾ ਤਿਆਰ ਅਤੇ ਡਾਕਟਰ ਰਿਪਨ ਜੀ ਨੇ ਡਾਕਟਰ ਸ਼ੈਡ ਨੂੰ ਨੋਕ ਕਰਤਾ ਇੱਥੇ ਆਤੰਕੀ ਰਵਿੰਦਰ ਜੀ ਹੈਲਥ ਕਿੱਟ ਲਾਉਂਦੇ ਹੋਏ ਲੰਮੇ ਪੈ ਕੇ ਘਸੀਟ ਘਸੀਟ ਕੇ ਅੱਗੇ ਜਾ ਰਹੇ ਨੇ ਬਹੁਤ ਹੀ ਸ਼ਾਨਦਾਰ ਮੁਕਾਬਲਾ ਚੱਲ ਰਿਹਾ ਇਸ ਟਾਈਮ 'ਤੇ ਕਿੰਨਾ ਲੰਨ ਬੰਦਾ ਜੀ ਦੋ ਪੀਸ ਦੇ ਨਾਲ ਲੰਨ ਸੁੱਟ ਕੇ ਮਾਰਿਆ ਨੇ ਇਹਨਾਂ ਚੱਕ ਕੇ ਕਿਸੇ ਨੇ ਨਹੀਂ ਫੜਿਆ ਇਹਨਾਂ ਦਾ ਭਾਈ ਕਿੰਨਾ ਲੰਨ ਹੈ ਬਹੁਤ ਪਿਆਰ ਸਾਡੇ ਦੇ ਪੂਰੇ ਸਕੋਡ ਵੀ ਸਕੋਡ ਹੋ ਰਿਹਾ ਟੀਮ ਨੰਬਰ 1 ਜੋ ਕਿ ਹਿਟਮੈਨ ਅਨੂਪ ਜੀ ਦੀ ਟੀਮ ਹੈ ਅਤੇ ਸਾਡਾ ਟੀਮ ਨੰਬਰ 8 ਦੇ ਆਈ ਜੀ ਐਲ ਲੰਨ ਸੋਰੀ ਕਿੰਨਾ ਲੰਨ ਬੰਦਾ ਜੋ ਕਿ ਇੱਧਰ ਕਦੀ ਇੱਧਰ ਗੋਲੀਆਂ ਚਲਾ ਰਹੇ ਕਦੀ ਉੱਧਰ ਬੰਬ ਇੱਧਰ ਉੱਧਰ ਸਮੋਕ ਰਵਿੰਦਰ ਜੀ ਦੀ ਪਾਰਟੀ ਸੋਰੀ ਰਵਿੰਦਰ ਜੀ ਸਾਨੂੰ ਭਾਈ ਜਾਣ ਲੱਗੇ ਨੇ ਭਾਈ ਦੇ ਸਾਹਮਣੇ ਅੱਗ ਲਾ ਦਿੱਤੀ ਭਾਈ ਦੇ ਪਿੱਛੇ ਵੀ ਅੱਗ ਲੱਗੀ ਆ ਅਤੇ ਭਾਈ ਦੇ ਅੱਗੇ ਵੀ ਅੱਗ ਲੱਗੀ ਆ ਹੁਣ ਸਾਰੇ ਸੱਪ ਬਣੇ ਹੋਏ ਆ ਅਤੇ ਸੱਪ ਪਾਉਣ ਨੂੰ ਫਿਰਦੇ ਇੱਕ ਦੂਜੇ ਦੇ ਹਿਟਮੈਨ ਸ਼ੈਡ ਨੇ ਰਿਪਨ ਜੀ ਨੂੰ ਚੱਕ ਦਿੱਤਾ ਹੈ ਅਤੇ ਲੰਨ ਬੰਦਾ ਹਜੇ ਵੀ ਰਿਪਨ ਜੀ ਪੂਰੇ ਚੱਕੇ ਗਏ ਨੇ ਰਵਿੰਦਰ ਜੀ ਨੇ ਮਾਂਬਾ ਚੱਕਤਾ ਜੀ ਕਿੰਨਾ ਲੰਨ ਬੰਦਾ ਸਾਹਮਣੇ ਸਾਹਮਣੇ ਲੰਨ ਸੁੱਟ ਕੇ ਮਾਰ ਸਕਦਾ ਸੀ ਪਰ ਅਜੇ ਚੱਕਿਆ ਨਹੀਂ ਉਹਨੇ ਡਾਕਟਰ ਡੈਰੂ ਜੀ ਕੋਟੇ ਹੋਏ ਹੋਏ ਨੇ ਅਤੇ ਇਹ ਔਖਾ ਹੀ ਹੈ ਹਿਟਮੈਨ ਜੀ ਬਿਲਕੁਲ ਕਰੀਬ ਨੇ ਕੋਈ ਲੰਨ ਹੀ ਹੁਣ ਇਹਨਾਂ ਨੂੰ ਬਚਾ ਸਕਦਾ ਹੈ ਬੰਦ ਕਰ ਰਹੇ ਡਾਕਟਰ ਹਿਟਮੈਨ ਨੂੰ ਕਿੰਨਾ ਲੰਨ ਬੰਦਾ ਕੱਲਾ ਕੱਲਾ ਲੰਨ ਬੰਦਾ ਰਹਿ ਗਿਆ ਹੋਰ ਕੋਈ ਨਹੀਂ ਰਹਿੰਦਾ ਤੁਹਾਨੂੰ ਕਿਹਾ ਸੀ ਕਿ ਇਹ ਬੰਦਾ ਡਿਜ਼ਰਵ ਕਰਦਾ ਉਹ ਲੰਨ ਟੁੱਟ ਗਿਆ ਹਿਟਮੈਨ ਸ਼ੈਡੋ ਜੀ ਪਹਿਲਾ ਮੈਚ ਜਿੱਤੇ ਹਿਟਮੈਨ ਸ਼ੈਡੋ ਹਿਟਮੈਨ ਐਸ ਕੇ ਹਿਟਮੈਨ ਮਾਂਬਾ ਓਪੀ ਅਤੇ ਹਿਟਮੈਨ ਅਨੂਪ ਓਪੀ ਵਾਪਸ ਆ ਗਏ ਨੇ ਇਹ ਪਹਿਲਾ ਮੈਚ ਜਿੱਤ ਕੇ ਫਾਈਨਲ ਦਾ ਬਾਹਲੀ ਖੁਸ਼ੀ ਹੈ ਇਹਨਾਂ ਦੇ
ਦੋ ਦੋ ਕਸ਼ੇ ਫ੍ਰੀ ਮਿਲਣਗੇ ਅਤੇ ਹੁਣ ਮੈਂ ਅਤੇ ਦੀਪਕ ਜੀ ਵਾਪਸ ਜਾ ਰਹੇ ਨੇ ਆਪਣੇ ਹੋਸਟਲ ਕਿਉਂਕਿ ਸਾਡਾ ਕੱਲ੍ਹ ਸਭ ਸਟੇਜ ਹੈ ਇਜਾਜ਼ਤ ਲੈਂਦੇ ਆ ਯਾਤਰੀਓ ਤੇ ਬੇਲੀਓ ਦੇ ਨਾਲ ਮੇਰੀ ਫਿਰ ਤੋਂ ਸਹੇਲੀਓ ਹੁਣ ਮੈਂ ਜਾ ਰਿਹਾ ਸ਼ਬਾ ਖੈਰ ਯਾਦ ਰੱਖਿਓ ਮੈਂ ਚੱਲਾਂ ਮੈਂ ਬਿਸ਼ਮ ਮਲਿਕ ਦੇ ਨਾਲ ਮੇਰੇ ਬਾਏ ਗਾਈਸ
हेलो हेलो
This is a simulation game set in a virtual world and does not represent real life. Please play in moderation, take frequent breaks, and play responsibly.
Thank you.
और मरने के बाद हम लोग वापस आ गए यहाँ पे मैथ माइक को स्पेक्टेट कर रहे हैं। मैथ माइक यहाँ पे स्मोक करके आगे ओपनिंग बना रहे हैं अपने प्लेयर्स के लिए। और यहाँ पर हम यहाँ पर चलते हैं हिटमैन एसके के ऊपर। हिटमैन एसके क्या कर रहे हैं, अपने ऊपर नेड खाते हुए यहाँ पर थोड़ा बहुत हील करते हुए। दो टीम रहती हैं, खाल वर्सेस हिटमैन, क्या कर पाएंगे ये सिचुएशन यहाँ पे हमारी बनी हुई है। 4v2 की सिचुएशन है, क्या खाल यहाँ पर। ओहो मैथ माइक के ऊपर हिटमैन शैडो ने बहुत प्यारा नेड फेंका, बहुत प्यारा नेड फेंका यार। और मैथ माइक यहाँ पर अपने आपको फिनिश होते हुए देख रहे हैं, थोड़ा बहुत कवर में आएंगे। यहाँ पे हिटमैन मापा खाल के दो बंदों के ऊपर यहाँ पर पूरा अपनी मैप खाली कर रहे हैं। और हिटमैन शैडो यहाँ पे क्लोज इन कर रहे हैं धीरे धीरे। चिकन तो मेरे को लग रहा है हिटमैन का ही पूरा, हिटमैन का ही श्योर है। और यहाँ पे जी हाँ श्योर चिकन था इनका। हिटमैन शैडो फिर चिकन करते हुए पैन किया है लास्ट में इन्होंने। 5 kills है इनके, बहुत प्यारा खेले हैं 5 kills हमारे खाल टीम के, बहुत अच्छा खेले हैं। अगला मैच हमारा होगा 11:30 पे, हम रखेंगे अगला मैच, वो स्टार्ट हो जाएगा। तो प्लीज आप देखते रहना प्लीज। आज फाइनल डे है, 4 matches होंगे। आज के 2 matches का तो ये रिजल्ट था। बहुत खुश होंगे ये हमारे हिटमैन वाले, बहुत चिकन खाए हैं इन्होंने, बहुत प्यारा खेले हैं। अगला मैच हम यहाँ पे रख रहे हैं विकेंडी का। और हम यहाँ पर अपना रूम क्रिएट करके आ रहे हैं। हमारे दर्शकों कहीं मत जाइएगा, लाइक कर दीजिए स्ट्रीम को और चैनल को सब्सक्राइब कर दीजिए, डेड चैनल है प्लीज़। मिलते हैं आपसे अभी थोड़ी देर में।
चौथे दिन का अज तीजा मैच है ते डॉक्टर आर्यन की स्पेशल फरमाइश आई है भाई इन्हों ज़्यादा स्पेक्टेट किया जाए ताली प्लेयर ने इस मैच बारह नंबर टीम डॉक्टर हैरो दो नंबर टीम कंग भाजी दस मेडकिट के नाल प्लेयर वेपन कट्ठे करते हुए ग्यारह टीम के दो नंबर टीम ਭਾਜੀ ਪੋਜੀਸ਼ਨ ਚੇਂਜ ਕਰਦੇ ਹੋਏ दो नंबर टीम के सामने ग्यारह नंबर टीम फील्ड व्यू लेंदे हुए कंग भाजी बहुत ही सोहना शॉट कंग भाजी वालों ग्यारह नंबर टीम के रियाड भाजी आदि भाजी से स्कोप रखते हुए साइको हंट मैथ माइक रूपटॉप से बहुत ही सोहना नॉकआउट मैथ माइक वालों ग्यारह नंबर टीम के प्लेयर से
ਟਕਸਾਲੀ ਦਾ ਸਾਈਕੋ ਸਾਈਕੋ ਹਨ ਭਾਜੀ ਮੁੱਕਿਆਂ ਨਾਲ ਗੁੱਸਾ ਕਰਦੇ ਹੋਏ ਸਾਈਕੋ ਹੰਡ ਤੇ ਸਾਈਕੋ ਹੰਡ ਜਾਨ ਬਚਾਉਂਦੇ ਹੋਏ ਮੁੱਕਿਆਂ ਨਾਲ ਹੀ ਮਾਰ ਛੱਡਿਆ ਟਕਸਾਲੀ ਭਾਜੀ ਨੇ ਸਾਈਕੋ ਹੰਡ ਨੂੰ ਰਿਆੜ ਬੰਦਾ ਆਉਣ ਲੱਗਾ ਰਿਆੜ ਭਾਜੀ ਦੇ ਸਾਹਮਣੇ ਮਿੱਥ ਮਾਈਕ ਰਿਆੜ ਬੰਦਾ ਆਉਣ ਲੱਗਾ ਚੇਤਾਵਨੀ ਮਿਲ ਗਈ ਹੈ ਸਮੋਕ ਗ੍ਰਨੇਡ ਦੀ ਵਰਤੋਂ ਨਾਲ ਕੰਗ ਭਾਜੀ ਆਪਣੇ ਬਾਕੀ ਪਲੇਸ ਕੋਲ ਜਾਂਦੇ ਹੋਏ ਸਾਰੀ ਸਾਰੀ ਟੀਮ ਰਿਆੜ ਭਾਜੀ ਨੂੰ ਹੁਣ ਮਿਸਟਰ ਈਵਲ ਆਈ ਦਾ ਸ਼ਿਕਾਰ ਦੀ ਫਿਰਾਕ ਦੇ ਵਿੱਚ ਬਾਥਰੂਮ ਤੇਰਵੇ ਨੰਬਰ ਤੇ ਆ ਗਿਆ ਸਾਰਾ ਨੌ ਨੰਬਰ ਟੀਮ ਐਲੀ ਭਾਜੀ ਗੋਲੀਆਂ ਚਲਾਉਂਦੇ ਹੋਏ ਐਲੀ ਭਾਜੀ ਨੂੰ ਰਿਵਾਈਵ ਕਰਨ ਦੀ ਲੋੜ ਹੈ ਰਾਸ਼ਕਾਰ ਦੀ ਭਜਨ ਆ ਗਈ ਹੈ ਨੌ ਨੰਬਰ ਟੀਮ ਯਾਰ ਗਲਤ ਹੋ ਗਿਆ ਕੰਮ ਇਸ ਸਾਲ ਨੇ ਮੇਰੇ ਪਿੱਛੋਂ ਆਏ ਨਾ ਉਹ ਮਜ਼ਾ ਜਿਹਾ ਨਹੀਂ ਰਿਹਾ ਸਹੀ ਗੱਲ ਹੈ ਬੰਦੇ ਸੀਰੀਅਸ ਨਹੀਂ ਹੈਗੇ ਬੰਦੇ ਸੀਰੀਅਸ ਨਹੀਂ ਹੈਗੇ ਉਹ ਦੋਵੇਂ ਸਾਲੇ ਰੋਟੀ ਨਹੀਂ ਕਰ ਦਿੰਦੇ ਯਾਰ ਸੈਕਿੰਡ ਪ੍ਰੋਫ ਕੀਤਾ ਕੀ ਆ ਗੇਮ ਹੀ ਤੇ ਖੇਡੀ ਹੈਗੇ ਸਾਲ ਹੀ ਇਹੋ ਲੈ ਦਿੱਤੀ ਭੈਣ ਦੀ
ਪੇਪਰ ਛੱਡਤੇ ਫਾਈਨਲ ਤੇ ਰੋਟੀ ਤੋਂ ਬੜੀ ਦੂਰ ਦੀ ਗੱਲ ਕਰੀ ਹੈ। 9 ਨੰਬਰ ਟੀਮ ਐਲੀ ਭਾਜੀ, 15 ਨੰਬਰ ਟੀਮ ਦੇ ਜੱਸੀ ਸੁਮਨ ਭਾਜੀ ਨਿਸ਼ਾਨੇ ਤੇ। ਅਜੇ ਅਜੇ ਅਪਡੇਟ ਆਉਂਦਾ ਸੀ ਤੇ ਯਾਰ ਹੁਣੇ ਲੰਘੇ ਲੰਘੇ ਡਰਨਾ ਇੰਨਾ। ਸੂਰਜ ਤੂੰ ਇੱਥੋਂ ਹਿਸਾਬ ਲਾ ਲਾ ਕਿ ਅਜੇ ਅਪਡੇਟ ਆਉਂਦਾ ਸੀ ਤੇ 600-700 ਮੈਚ ਲਾ ਦੇਈਦਾ ਸੀ ਆਉਂਦੇ। ਬੈਗ ਦੀਆਂ ਤਰੀਫਾਂ ਹੁੰਦੀਆਂ ਹੋਈਆਂ। ਆਰਪੀ ਲੈਂਦਾ ਗਰਨੇਡ ਦੇ ਧਮਾਕੇ ਦੇ ਨਾਲ ਯਾਰ ਮੇਰੀ ਯੂਸੀ ਪਈ ਹੋਈ 820 ਕੀ ਕਰਾਂ ਮੈਂ ਯਾਰ ਉਹਨੂੰ ਕਰੰਸੀ ਕਨਵਰਟ ਹੀ ਕਰਾ ਦੋ। ਬੈਨ ਹੋਈ ਤਾਂ ਇਹਦਾ ਮਤਲਬ ਪਲੇ ਸਟੋਰ ਤੇ ਨਹੀਂ ਹੈਗੀ ਅਪਡੇਟਸ ਨਹੀਂ ਹੈ ਨੇ 8 ਨੰਬਰ ਟੀਮ ਦੁਆਰਾ। ਬਸ ਆਹੋ ਟੀਕਣ ਦੇ ਕਿ ਟੂਰਨਾਮੈਂਟ ਮੁੱਕ ਗਏ ਤੇ ਚੁੱਕੀ ਹੈ ਰਿਪਨ ਭਾਜੀ। ਮੈਂ ਤਾਂ ਹਸਾਬ ਲਾਇਆ ਜਦੋਂ ਗੇਮ ਲਾਈ ਦੀ ਉਦੋਂ ਮਤਲਬ ਪਿਛਲੀ ਵਾਰੀ ਹੋਈ ਉਦੋਂ ਮਤਲਬ ਲਾਈ ਸੀ ਜਦੋਂ ਟੂਰਨਾਮੈਂਟ ਚੱਲਦਾ ਪਿਆ ਸੀਗਾ ਉਦੋਂ ਹੀ ਬੈਨ ਕਰਤੀ। ਕੱਲ ਪਹਿਲੀ ਵਾਰੀ ਲਾਈ ਹਾਂ ਘਰ ਦੇ ਵਿੱਚ ਅੱਗ ਲਗਾ ਦਿੱਤੀ ਗਈ ਹੈ ਤੇ ਡਾਕਟਰ ਹੈਰੋ ਇੰਜਰਡ ਹੋ ਗਏ ਹਨ ਘਰ ਦੇ ਵਿੱਚ ਅੱਗ ਲੱਗਣ ਕਰਕੇ। ਗੋਲਾਬਾਰੀ ਕੀਤੀ ਜਾ ਰਹੀ 8 ਨੰਬਰ ਟੀਮ ਵੱਲੋਂ ਘਰ ਦੇ ਅੰਦਰ। ਮਿਸਟਰ ਡਿਸਟਰੋਇਰ ਰਵਿੰਦਰ ਰਵਿੰਦਰ ਆਪਣੀ ਟੀਮ ਦੇ ਨਾਲ ਓਏ ਤੇਰੀ ਭਗਤ ਆਲ ਤੇ ਸੀਗੀ ਮਾਈਕ ਕੀ ਨਾ ਸਾਹਮਣੇ 14 ਨੰਬਰ ਟੀਮ ਸਕੋਪ ਦੀ ਮਦਦ ਦੇ ਨਾਲ ਅੱਛਾ ਇਹ ਸੁਣਦੇ ਰਹੇ ਮੈਨੂੰ ਲੜ ਕੀ ਇਹ ਕੰਨਾਂ ਹੀ ਟੱਪੀ ਜਾਂਦਾ। ਆਵੇ ਆਵੇ ਸ਼ਾਮ 19 ਨੰਬਰ ਟੀਮ ਦੇ ਤੇਰਾ ਬਾਪੂ 420 ਇਹ ਅੱਗੇ ਜਾ ਬੈ ਬੈ ਕੇ ਅਗਲੇ ਪੱਤਰ ਤੇ ਚੱਲ ਪਹੁੰਚ ਜਾ। 25 ਨੰਬਰ ਟੀਮ ਦਾ ਪਲੇਅਰ ਸਿੰਗ ਪੈਨ ਸਰਕਾਰੀ ਟੀਮ ਨੂੰ ਕਿਤਰਾ ਪਤਾ ਲੱਗਣ ਦਿਆ ਮੇਰਾ ਹਾਲ ਤੇ ਆ ਅੱਛਾ ਇਹ ਤੇ ਜਨਤਕ ਕੁੜੀ ਕੁੜੀ ਹੈ ਟਕਸਾਲੀ ਭਾਜੀ ਪਹਾੜ ਦੇ ਉੱਪਰ ਓਏ ਆ ਉਧਰ 19 ਨੰਬਰ ਟੀਮ ਵੇਟ ਕਰ ਰਹੀ ਹੈ ਮੇਰੀ ਗੱਲ ਸੁਣ ਪਲੈਬ ਦਾ ਕੀ ਹਿਸਾਬ ਆ ਪਹਿਲਾਂ ਉਹ ਕਰਨੀ
अच्छा सौखी केड़ी दोवां जो अच्छा तो किन्ने बैंड चाहिए किन्ने बैंड चाहिए टोटल 10 किल्स ने 8 नंबर अच्छा सारे प्लेयर देख के किल्स ने सिवाय केड़ा ग्रेड चाहिए हुंदा अच्छा बी ग्रेड अच्छा बी ग्रेड ਓਏ ਕੀ ਕਰਨ ਲਿਆ ਸੂਰਜ ਸੂਰਜ ਗਿਆ ਹੀ ਪਾਣੀ ਚ ਗੋਲੀਆਂ ਚਲਾਉਂਦੀ ਹੋਈ ਪਾਣੀ ਮਾਰ ਲਿਆ ਇਹਨਾਂ ਨੂੰ ਅਗਲੇ ਕੀ ਗੱਲ ਹੁਣ ਡਾਕਟਰ ਡੇਵਿਲ ਅਠਾਈ ਪਲੇਅਰ ਮੀਨ ਨੇ ਟੋਟਲ ਨੌ ਟੀਮਸ ਚੋ ਪਨਵੀਰ ਕਾਲੋਂ ਹੁਣ ਨੰਬਰ ਟੀਮ ਪੱਟੀਆਂ ਕਰਦੀ ਹੋਈ ਨਾਮ ਨਾ ਦਿੱਤਾ ਲਈ ਤੇ ਨੰਬਰ ਟੀਮ ਦੇ ਨਾਮ ਦੇ ਮੇਰਾ ਮਕਾਮ ਹੈ ਚਾਰ ਸੌ ਵੀਹ ਸਕੋਪ ਨੌ ਨੰਬਰ ਟੀਮ ਦੇ ਰੱਖਦੇ ਹੋਏ ਨੌ ਨੰਬਰ ਟੀਮ ਦੇ ਕਿੰਗ ਸਾਹਮਣੇ ਉਹਨਾਂ ਨੰਬਰ ਟੀਮ ਹੈ ਹੈਲੋ ਨੌ ਨੰਬਰ ਟੀਮ ਵੱਲੋਂ ਸਮੋਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਐਂਟਰੀ ਬਲੌਕ ਕਰਨ ਲਈ ਹੈਲੋ ਹੈਲੋ 25 ਨੰਬਰ ਟੀਮ ਦੇ ਐਮੀ ਜਾਨ ਬਚਾਉਣ ਲਈ ਕੂੰਜੇ ਲੱਗੀ ਖੜੇ ਹਨ ਬੰਦੇ ਖਤਮ ਕਰਤੇ ਆ ਅੱਧੇ ਬਹੁਤੇ ਰਹਿ ਗਏ ਬਹੁਤੇ ਮਾਰਤੇ ਗੱਡੀਆਂ ਦਾ ਕਾਫਲਾ 25 ਨੰਬਰ ਟੀਮ ਸਿਰਫ ਇੱਕ ਪਲੇਅਰ ਦਿੰਦਾ ਹੈ ਗੱਡੀ ਉਹਦੀ ਚੱਲਦੀ ਹੌਲੀ ਹੌਲੀ ਰਿਪਨਵੀਰ ਕਾਲੂ ਆਪਾਂ ਖਾ ਘੁੰਮਣ ਵਾਲੇ ਮਸ਼ੀਨ ਦੇ ਦਿੱਤੇ ਪੋਜੀਸ਼ਨ ਚੇਂਜ ਕਰਦੇ ਹੋਏ ਡਾਕਟਰ ਡੇਵਿਲ ਦੇ ਸਾਹਮਣੇ ਨਿਸ਼ਾਨੇ ਤੇ ਸੀ ਨੌ ਨੰਬਰ ਟੀਮ ਦੇ ਪਲੇਅਰਸ ਬਟ ਗੱਡੀਆਂ ਚਲਾ ਰਿਹਾ ਜਿਵੇਂ ਭਾਲੂ ਸ਼ਰਾਬ ਪੀ ਕੇ ਪਾਗਲ ਹੋ ਗਿਆ ਹੋਵੇ ਇੱਕ ਨੰਬਰ ਟੀਮ ਹਰ ਜਗ੍ਹਾ ਹਜੇ ਮਾਤਮ ਛਾਇਆ ਹੋਇਆ ਹਿਟਮੈਨ ਨੂਪ ਸ਼ੈਡੋ ਪਰਵਿੰਦਰ ਥੋੜੀ ਡਿੱਗਣ ਦੀ ਆਵਾਜ਼ ਨਹੀਂ ਆ ਰਹੀ ਸਕੋਪ ਦੇ ਨਿਸ਼ਾਨੇ ਤੇ ਸਾਲੀ ਮੇਰੇ ਬੇਟੇ ਅੱਜ ਦਿਖਾ ਦੇ ਅਸੀਂ ਟੀਮ ਚ ਕਿਉਂ ਲਿਆ ਸੀ ਫੁੱਲ ਮੋੜ ਦੇ ਤਿੰਨ ਨੰਬਰ ਟੀਮ ਹੁਣ ਰਾਤਾਂ ਦਾ
ਨੰਬਰ ਟੀਮ ਦੇ ਕਿੰਨਾ ਲਾਨ ਵੰਡ ਪਾੜਨ ਦੀ ਗੱਲ ਕੀਤੀ ਜਾ ਰਹੀ ਹੈ ਆਪਣੇ ਟੀਮਮੇਟਸ ਦੀ ਇਹਨਾਂ ਦੀ ਸਿਨਰਜੀ ਟਾਪ ਲੈਵਲ ਹੈ 9 ਨੰਬਰ ਦੇ ਪਲੇਅਰ ਤੇ 1 ਨੰਬਰ ਟੀਮ ਦੇ ਪਲੇਅਰ ਕਿੰਗ ਦੁਆਰਾ ਸ਼ੈਡੋ ਦੇ ਇਹਦੀ ਜੀਦੀ ਲੱਗੀ ਹੈ ਵੀ ਜਾਗਦੇ ਰਹੋ ਸਕੂਪ ਤੇ ਨੇ ਹਿਟਮੈਨ ਮਾਂਬਾ ਮਾਰਦੇ ਹੋਏ 80 ਰਵਿੰਦਰ ਨੂੰ ਸ਼ੈਡੋ ਮਾਰਦੇ ਹੋਏ 11 ਨੂੰ ਭੈਣ ਦਾ ਯਾਰ ਜੀ ਨੇ ਮੈਨੂੰ ਮਾਰਿਆ ਹਿਟਮੈਨ ਮਾਂਬਾ ਹਿਟਮੈਨ ਦੀ ਭੈਣ ਦੀ ਲੰਚ ਟੀਮ ਹਿਟਮੈਨ ਮਾਂਬਾ ਇੱਕ ਨੰਬਰ ਦੀ ਕੰਸਿਸਟੈਂਟ ਟੀਮ ਆਪਣੀ ਕੰਸਿਸਟੈਂਸੀ ਲੈਵਲ ਦੇ ਵਿੱਚ ਆਪਾਂ ਵੀ ਬਹੁਤ ਕੋਈ ਜ਼ਿਆਦਾ ਪਿੱਛੇ ਨਹੀਂ ਹੈਗੇ 8 ਨੰਬਰ ਟੀਮ ਦੇ ਪਲੇਅਰਸ ਤੇ ਨਿਸ਼ਾਨਾ ਲਗਾਉਂਦੇ ਹੋਏ ਧਿਆਨ ਰੱਖਿਓ 11 ਦੇ ਵਿਹੜੇ 'ਚ ਕੋਈ ਨਾ ਵੱਜੇ ਮਾਰ ਮਾਰ ਛਿੱਤਰ ਦੀ ਭੂਆ ਜਮਾਨਾ ਕਰ ਦਿਓ ਹਿਟਮੈਨ ਸ਼ੈਡੋ ਨੂੰ ਫੇਰ ਭੂਆ ਜਮਾਨ ਕਰਤੀ ਹਿਟਮੈਨ ਸ਼ੈਡੋ ਔਰ ਜ਼ੋਨ ਦੇ ਬਾਹਰ ਫਿਰ ਆਪਣੀ ਟੀਮ ਜ਼ੋਨ ਦੇ ਬਾਹਰ ਨਵੀਂ ਗੱਲ ਨਹੀਂ ਹੈ ਕੋਈ ਕੋਈ ਨਵੀਂ ਗੱਲ ਨਹੀਂ ਜਿੱਥੇ ਸਾਡਾ ਜ਼ੋਨ ਜਿੱਥੇ ਅਸੀਂ ਖੜ੍ਹੇ ਹੁੰਦੇ ਹਾਂ ਉੱਥੇ ਮਾਂ ਹੀ ਆਵਾ ਕਦੇ ਜ਼ੋਨ ਆਇਆ ਹੀ ਨਹੀਂ ਪਤਾ ਨਹੀਂ ਕਿਹੜੇ ਅਸੀਂ ਟੂਣਾ ਟਾਣਾ ਟੱਪੇ ਹਾਂ ਪਠਾਣੀਆਂ ਕੱਚੀ ਲਾਸੀ ਪਾ ਕੇ ਆਏ ਅਗਲੇ ਮੈਚ ਤੋਂ ਪਹਿਲਾਂ ਕਿਤੇ ਪੁੱਤੇ ਰੁੱਸੇ ਹੋਏ ਆਪਣੇ ਤੋਂ ਹੁਣ ਅਸੀਂ 10 ਮਿੰਟਾਂ 50 ਸੈਕਿੰਡ 'ਚ ਜਦੋਂ ਜ਼ੋਨ 'ਚ ਜਾਵਾਂਗੇ ਸਾਡੇ ਕੋਈ ਮਾਚੋ ਐਂਡ ਲੱਗਾ ਹੋਇਆ ਸਾਡੀ ਟੀਮ ਮੇਰੇ ਤੇ ਗੋਲੀਆਂ ਚਲਾ ਰਿਹਾ ਕੋਈ ਪੱਕਾ ਟਕਸਾਲੀ ਦੇ 12 ਦੇ ਬਾਅਦ ਚਲੋੜੇ ਲੱਗਣਗੇ ਮੈਂ ਸ਼ਰਤ ਲਾ ਕੇ ਕਹਿ ਸਕਦਾ ਗੱਲ ਟਕਸਾਲੀ ਕਹਿ ਰਿਹਾ ਸ਼ਰਾਰਾ ਸ਼ਰਾਰਾ ਕਿਹਦੀ ਕਿਹਦੀ ਮੈਂ ਬੁੰਡ ਮਾਰਾਂ ਔਰ ਸਾਹਮਣੇ ਵਾਲੇ ਬੰਦੇ ਦਾ ਸਪਰੇ ਸਿੱਧਾ ਪਿਕਾਡੋ ਜਾ ਕੇ ਵੱਜ ਰਿਹਾ ਪਿਕਾਡੋ ਤੋਂ ਫੋਨ ਆ ਰਿਹਾ ਭਾਜੀ ਇੰਨਾ ਜਲੇਬੀ ਸਪਰੇ ਨਾ ਮਾਰੋ ਓਏ ਹੋਏ 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 ਅਸਲਾ ਕਾ ਹੱਲ ਕਰਦੀ ਮਸਲਾ ਹਿਟਮੈਨ ਐਸ ਕੇ ਸਿੰਪ ਐਮ ਪੀ ਨੂੰ ਮਾਰਦੇ ਹੋਏ ਮਾਰਿਆ ਹੋਊਗਾ ਜ਼ੋਨ ਤੋਂ ਮਿਲ ਲਓ ਦੂਰ ਸਾਡੇ ਬੰਦੇ ਬਾਦਲ ਵਾਲੀ ਬੱਸ ਵੀ ਲੈਣ ਆ ਜੇ ਫਿਰ ਵੀ ਨਹੀਂ ਪਹੁੰਚ ਸਕਦੇ ਸਾਰੇ ਨਾਕੇ ਨੁਕੇ ਤੋੜ ਕੇ ਨਾ ਔਖਾ ਤੇਰਾ ਬਾਪੂ ਇੱਕ ਨੰਬਰ ਟੀਮ ਤੋਂ ਲੋਕੀ ਜਾਂਦੇ ਹੋਏ ਤੇਰਾ ਬਾਪੂ ਬਸ ਆ ਪੈ ਰਿਹਾ ਮਰ ਗਏ ਨੇ ਤੇਰਾ ਬਾਪੂ 420 ਨੰਬਰ ਟੀਮ ਦੇ ਪਲੇਅਰ 0 ਕਿਲਸ ਦੇ ਨਾਲ ਮਰ ਗਏ 19 ਨੰਬਰ ਟੀਮ ਦੇ ਰਿਪਨ 9 ਨੰਬਰ ਟੀਮ ਦੇ 11 ਦੇ ਸਕੋਪ ਤੇ ਹਿੱਟ ਮਾਂ ਬਾਪ ਭਾਈ ਵੰਡ ਪਾੜ ਰਹੇ ਬੰਦਿਆਂ ਦੀ
ਬਰਫੀ ਬਰਫ ਆ ਹਿਟ ਮੈਂ ਸੇ ਐਸਕਰੀ ਮਾਰ ਚੁੱਕੀ ਲੋੜੇ ਲੱਗ ਗਏ अनूप नूं भी कोडा कर दिता गया घोड़ी बनाता किंग ने अपनी क्वीन बनाती अनूप नूं जोश पूरा हाई है का किल दूसरे मैच में डॉक्टर हैरो ने लिया था एसके दी एसके ने फिर कोड़ी बनाता एसके खत्म बहुत ही बढ़िया नाइस खेलते हुए यहां पे आपका केक थी तीन तीन नॉक होते हुए खत्म हो गया डीएमसी एरियस 1 HP से नॉक होते ये उनकी टीम वालों ने खत्म कर दिया है लेकिन वो जा नहीं पाया अपने अरे मारिए लीजिए मारिए बहुत सही दो बंदे नॉक हो गए हैं दो बंदे टीम नाइटमेयर के नॉक हैं एक बंदे ने स्कॉट खाई है और यहाँ पर यहाँ पे 11 जी को रिवाइव देते हुए मिस्टर रैली ये सेरोटोनिन जी को पड़ी और 90 मार दी इन्होंने यहाँ पे उनका टीममेट आता हुआ रविंदर जी ये तब से 3 HP लगा रहे हैं पर इनसे मरे इनको एक एक भी किल नहीं हुआ तब से कवर बहुत अच्छा लिया हुआ है इन्होंने गाड़ी को फोड़ दीजिए जोन श्रिंक हो चुका है बहुत रहन दीजिए रविंदर जी छोड़ दीजिए पबजी एक गोली लगी यहाँ पे 11 इनका किल डॉक्टर हैरो ने लिया था दूसरे मैच में यहाँ पे 11 नॉक करते हुए गोलिया किलर जी और यहाँ पे एक और डॉक्टर यू रिमेंस और रविंदर ने मारा जोड़िया किलर यहाँ पे किन्ना लान बंदा कवर लेते रहे मौली की थी रविंदर पे मौली की अली ने एक और डैमेज हुआ रविंदर गए 90 मारे वाले और 11 किन्ना लान बंदा कोडा होया
यहाँ पे हमारे ऑर्गेनाइजर रविंदर जी कोटे हुए हुए हैं। डॉक्टर डेवल भी, ये टीम खत्म। केड़ा जीते किंग जीत गए हैं, टीम नाइटमेयर चिकन निकालते हुए तीसरे मैच में आमने सामने कमरे वालों का कमरे वाले के ये हुआ था फाइट और यहाँ पे टीम नाइटमेयर जीती हुई। बाहर से लड़ाई की आवाजें आ रही हैं, ये असली में भी लड़ने लगे। बहुत अच्छा प्रदर्शन और यहाँ पे रविंदर जी ऑर्गेनाइजर को बहुत गंदा मारा गया है। पहले मौली फिर नेट। मौली का मेरी नेट ओए माइक बंद ना नहीं ले कर बंद कर
ਅੱਜ ਸਾਡੇ ਬੀ ਜੀ ਐਮ ਆਈ ਟੂਰਨਾਮੈਂਟ ਦਾ ਲਾਸਟ ਮੈਚ ਇਰੈਂਗਲ ਦੇ ਵਿੱਚ ਅਤੇ ਜਾ ਰਿਹਾ ਹੈ ਜੋਰਜਪੁਰ ਤੋਂ ਲੈ ਕੇ ਸੋਸਨੋਵਕਾ ਮਿਲਟਰੀ ਬੇਸ ਤੱਕ ਦੇਖਦੇ ਹਾਂ ਕੌਣ ਚਿਕਨ ਡਿਨਰ ਕਰਦਾ ਅੱਜ ਟੋਟਲ 9 ਟੀਮਾਂ ਹਨ ਅਤੇ ਉਹਨਾਂ ਵਿੱਚੋਂ 34 ਬੰਦੇ ਅਤੇ ਟੀਮ ਹਿੱਟਮੈਨ ਲੂਟ ਇਕੱਠੀ ਕਰਦੇ ਹੋਏ ਟੀਮ ਹਿੱਟਮੈਨ ਅਤੇ 19 ਨੰਬਰ ਟੀਮ ਦੋਨੋਂ ਬਹੁਤ ਹੀ ਨੇੜੇ ਨੇੜੇ ਉੱਤਰ ਚੁੱਕੇ ਹਨ ਇਹਨਾਂ ਦੇ ਟਾਕਰੇ ਹੋ ਸਕਦੇ ਹਨ ਉੱਨੀ ਨੰਬਰ ਟੀਮ ਨੂੰ ਲੱਗਦਾ ਪਤਾ ਲੱਗ ਚੁੱਕਾ ਹੈ ਕਿ ਆਸੇ ਪਾਸੇ ਹਿੱਟਮੈਨ ਟੀਮ ਹੈ ਉੱਨੀ ਨੰਬਰ ਟੀਮ ਦੇ ਨਿਊਕਲੀਅਰ ਹਰਕੀ ਅਤੇ 1 ਨੰਬਰ ਟੀਮ ਦੇ ਹਿੱਟਮੈਨ ਐਸ ਕੇ ਆਹਮਣੇ ਸਾਹਮਣੇ ਹੋ ਸਕਦੇ ਹਨ ਪਰ ਨਹੀਂ ਕੁਝ ਗੋਲੀਆਂ ਚੱਲ ਰਹੀਆਂ ਹਨ ਦੇਖਦੇ ਹਾਂ ਕੌਣ ਚਲਾ ਰਿਹਾ ਹੈ ਹਿੱਟਮੈਨ ਮਾਂਬਾ ਸਕੋਪ ਲੈ ਕੇ ਇਹ ਤੇਰਾ ਬਾਪੂ ਦੇ ਸਿੱਧਾ ਹੈੱਡਸ਼ੋਟ ਲਾਇਆ ਹੈ ਅਤੇ ਤੇਰਾ ਬਾਪੂ 420 ਨੌਕ ਹੋ ਚੁੱਕੇ ਹਨ ਅਤੇ ਰਿਵਾਈਵ ਮਿਲ ਰਿਹਾ ਹੈ ਹਿੱਟਮੈਨ ਸ਼ੈਡੋ ਵੀ ਨੌਕ ਹੋ ਚੁੱਕੇ ਹਨ ਉੱਪਰੋਂ ਗੋਲੀਆਂ ਚੱਲ ਰਹੀਆਂ ਹਨ ਅਤੇ ਤੇਰਾ ਬਾਪੂ 420 ਫਿਰ ਨੌਕ ਹੋ ਚੁੱਕੇ ਹਨ ਨਿਊਕਲੀਅਰ ਹਰਕੀ ਦੇਖਦੇ ਹਾਂ ਇਹ ਪੂਰੀ ਤਿਆਰੀ 'ਚ ਬੈਠੇ ਹਨ ਹਿੱਟਮੈਨ ਸ਼ੈਡੋ ਦੇਖ ਪਰ ਹਿੱਟਮੈਨ ਸ਼ੈਡੋ ਲੋਕੇ ਹਨ ਹਿੱਟਮੈਨ ਮਾਂਬਾ ਦੇ ਉੱਤੇ ਕਿੰਗ ਰੇ ਉਧਰੋਂ ਟੀਮ ਕਿੰਗ 9 ਨੰਬਰ ਟੀਮ ਦੀ ਵੀ ਐਂਟਰੀ ਹੋ ਚੁੱਕੀ ਹੈ ਹਿੱਟਮੈਨ ਟੀਮ ਨੂੰ ਫਿਰ ਘੇਰਿਆ ਜਾ ਚੁੱਕਿਆ ਹੈ
9 ਨੰਬਰ ਟੀਮ ਦੇ ਕਿੰਗ ਅਤੇ ਨਾਈਟਮੇਅਰ ਹਿਟਮੈਨ ਹਿਟਮੈਨ ਅਨੂਪ ਦੇ ਨਹੀਂ ਬਚ ਗਏ 11 ਨੇ ਹਿਟਮੈਨ ਮਾਂਬਾ ਨੂੰ ਨੌਕ ਕਰ ਦਿੱਤਾ ਹੈ ਅਤੇ 13 ਬਾਪੂ ਨੇ ਹਿਟਮੈਨ ਮਾਂਬਾ ਨੂੰ ਖਤਮ ਕਰ ਦਿੱਤਾ ਹੈ ਅਤੇ ਹਿਟਮੈਨ ਸ਼ੈਡੋ ਵੀ ਸੋਚ ਰਹੇ ਹਨ ਕਿ ਹੁਣ ਕੀ ਕੀਤਾ ਜਾਵੇ ਕਿਉਂਕਿ ਦੋਵੇਂ ਪਾਸਿਓਂ ਘੇਰ ਲਿਆ ਗਿਆ ਹੈ ਨੰਬਰ ਟੀਮ ਵੀ ਸਾਹਮਣੇ ਬਿਲਕੁਲ ਹੈ ਅਤੇ ਟੀਮ ਨੰਬਰ 1 ਦੇ ਹਿਟਮੈਨ ਅਨੂਪ ਨਾਈਟਮੇਅਰ ਤੋਂ ਠੋਕ ਰਹੇ ਹਨ ਨਹੀਂ ਅਤੇ ਨਾਈਟਮੇਅਰ ਨਾਈਟਮੇਅਰ ਨੌਕ ਹੋ ਚੁੱਕੇ ਹਨ ਦੇਖਦੇ ਹਾਂ ਇਹਨਾਂ ਨੂੰ ਕੌਣ ਰਿਵਾਈਵ ਦੇਣ ਆ ਰਿਹਾ ਹੈ ਅਤੇ ਇੱਧਰ ਟੀਮ ਨੰਬਰ 9 ਦੇ ਕਿੰਗ ਹਿਟਮੈਨ ਸ਼ੈਡੋ ਨੂੰ ਹਿਟਮੈਨ ਸ਼ੈਡੋ ਨੂੰ ਪਤਾ ਲੱਗ ਚੁੱਕਾ ਹੈ ਕਿ ਸਾਹਮਣੇ ਦੀ ਬਿਲਡਿੰਗ ਵਿੱਚ ਨੌ ਨੰਬਰ ਟੀਮ ਦੇ ਮਿਸਟਰ 07 ਗੈਂਗਸਟਰ ਰਾਸ਼ੀ ਦੇ ਪੀਕ ਲੈਂਦੇ ਹੋਏ ਅਤੇ ਗੈਂਗਸਟਰ ਰਾਸ਼ੀ ਨੂੰ ਨੌਕ ਕਰ ਦਿੱਤਾ ਗਿਆ ਹੈ ਰਿਵਾਈਵ ਲੈ ਰਹੇ ਹਨ ਆਪਾਂ ਦੇਖਦੇ ਹਾਂ 9 ਨੰਬਰ ਟੀਮ ਕੀ ਕਰ ਰਹੀ ਹੈ 9 ਨੰਬਰ ਟੀਮ ਦੇ ਕਿੰਗ ਹਿਟਮੈਨ ਸ਼ੈਡੋ ਨੇ 11 ਨੂੰ ਨੌਕ ਕਰ ਦਿੱਤਾ ਹੈ ਇਲੈਵਨ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਲੱਗ ਰਿਹਾ ਹੈ ਕਿੰਗ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਅਤੇ ਹਿਟਮੈਨ ਸ਼ੈਡੋ ਨੂੰ ਨੌਕ ਕਰ ਚੁੱਕੇ ਹਨ ਹਿਟਮੈਨ ਸ਼ੈਡੋ ਰਿਵਾਈਵ ਲੈ ਰਹੇ ਹਨ ਆਪਾਂ ਦੇਖਦੇ ਹਾਂ ਅਤੇ ਹਿਟਮੈਨ ਅਨੂਪ ਅਤੇ ਹਿਟਮੈਨ ਸ਼ੈਡੋ ਨੂੰ ਨੌਕ ਕਰ ਦਿੱਤਾ ਗਿਆ ਹੈ ਹਿਟਮੈਨ ਸ਼ੈਡੋ ਵੀ ਖਤਮ ਹੋ ਚੁੱਕੇ ਹਨ ਅਤੇ ਹਿਟਮੈਨ ਅਨੂਪ ਵੀ ਨੌਕ ਹਨ ਹਿਟਮੈਨ ਐਸਕੇ ਮਾਂ ਕੀ ਚੂਤ ਦੋ ਵੈਨ ਚੋਦ ਕੀ ਉਠਾਓ ਇਸ ਕੋ ਲੋੜੇ ਕੋ ਚੂਤਿਆ
किंग ने रिपनवीर कालो नूं देख लिया है अते किंग दे फायर आ रहा है। ते सारियां ही टीम हिटमैन नौ नंबर टीम अते 19 नंबर टीम जोन तो बाहर हैं अते किंग पर कोई फायदा नहीं हुआ। अपन टीम खाल को चलते हैं डॉक्टर हैरो खत्म हो चुके हैं तो थोड़ी ही देर में साढ़े नाल जुड़ जाएंगे साढ़े नाल आ के डॉक्टर हैरो की टीम विचों आकाश सिंगला तो डिस्ट्रॉयर हजे कैंप कर रहे हैं देखते हाँ कि डॉक्टर हैरो की एंट्री हो चुकी है। यहाँ पे रिपनवीर कालो हील करते हुए तेरा बापू 1 HP इनके पास कोई फर्स्ट एड नहीं है 6 bandages है वहां से अपनी गांड बजाते हुए उससे यहाँ पे एली और 90 मारे एली आईपैड के प्लेयर देखते हैं मरवाते हैं या मारते हैं जोन के बाहर ही खेलना पसंद है इनको। इनके पास भी 10 bandages है फर्स्ट एड इनके पास भी नहीं है पर ये टीम नाइटमेयर के आईजीएल 90 मारे विज गॉड डॉक्टर सुमित रंधावा जोन के बाद गांड बचा रहे अपनी एली लूट तो इनके पास है घंटा लूट फर्स्ट एड है ही नहीं है
ये 1 HP और नॉक कर दिया गया एली को, न्यूक्लियर हैरी नॉक कर दिया गया एली को, नॉक फिनिश, न्यूक्लियर हरकी को भी मार दिया गया किसी ने, यहाँ पे 90 मारे बीस गॉड, बची हुई बैंडेजेस से अपनी गांड बजाते हुए न्यूक्लियर हरकी को रिवाइव दिया जाए, वो उसके उनके प्लेयर अंदर वो भी नॉक होते हुए, ये देखिए बेचारे उसकी गांड बचाए कि अपने जोन के बाहर, आप भी आ जाओ, हाँ देखिए दोनों के बीच में खड़े हो गए हैं, कोई काम नहीं भैया जी, जोन में जाइए लोडू जी, जोन में जाइए, जोन में दो बंदे इनके नूब हैं, 11 जी जिनको डॉक्टर हैरो ने M24 के 150 मैग खाली कर दिया था इन पे, फिर जाके मरे थे ये 11। किंग जी उंडे जा रहे हैं, उंडे का बहुत शौक है इनको, उड़ जा भाई बैठना नहीं था उड़ना भी था, ये घुमा दिया गया है ये किंग जी उर्फ लोडूपा जी उड़ गए हैं, मजा बहुत आएगा अगर इनको नीचे से गोली पड़े, रविंदर यहाँ पे, रविंदर जी हमारे ऑर्गेनाइजर गाड़ी चलाते हुए, किन्ना लान बंदा आगे, वो सब गाड़ी में बैठे वो अलग है, ये हो गया स्ट्रीम में थोड़ी प्रॉब्लम आ रही, चल पड़ी, ये बहुत गंदी गाड़ी चला रहे हैं, गाड़ी कौन चला रहा है, हाँ पहले थोड़ी कोल्ड ड्रिंक पी लेते हैं फिर जाते हैं, किंग जी उड़ रहे हैं अभी भी जोन के बाहर, इनका जोन के बाहर ही जनाजा उठेगा क्या पता, नहीं पहुंच रहे हैं, कमॉन लोडू जी कमॉन, नाइट में टीम फर्स्ट आ सकती है, हिटमैन क्यों एलिमिनेट हो चुकी है इस मैच से, टीम आतंकी को स्पेक्टेट किया जाए, यहां पे किन्ना लान बंदा कल्ला जाएगा था अपने नाम को जस्टिफाई करते हुए, क्यों इनको अपना नाम इन्होंने किन्ना लान बंदा रखा है, किन्ना लान बंदा 4x लगा के, आपसे कुछ नहीं होगा रहन दीजिए, और कोई पता था ले नूब, जीएमसी ऑरियस अकेले बचे हैं अपनी स्क्वाड में, इन बेचारे को पता है अब कुछ हो तो सकता नहीं, लाला का फाइट कितने हो गई, यहाँ पे सबसे बड़े कैंपर आ गए हैं, मौली फेंक रहे हैं रविंदर जी, मौली कोई काम में नहीं आई, कोई डैमेज नहीं दिया, गाड़ी को क्या देख रहे हैं यार, रविंदर की गांड लेते हुए कोई आए हैं, पीछे बंदे पीछे रविंदर, किंग जी थोड़ा जा शॉपिंग कर लीजिए, आप अकेले ही बचे हैं नाइटमेयर में, इस बार चिकन डिनर आपका मुश्किल है, बस करिए, जोन चला गया है, जोन के बाहर, जोन का डैमेज इस बार ज्यादा है, नहीं मैं खरीदूंगा इनकी तो क्या कहे, इन्होंने लगता है मरना ठान लिया है,
गाड़ी आई इन पे डीएमसी ओरियस किंग आए और किंग गए क्योंकि किंग अकेले रह गए नाइटमेयर के जोन के अंदर एंट्री लेते हुए। और रविंदर एज एक्सपेक्टेड कैंपिंग और यहाँ पे खाल टेक्साली नॉक रविंदर ने बहुत अच्छा नॉक किया है खाल टेक्साली ने फिनिश भी किना लान बंदा को स्पेक्टेट किया जाए रविंदर के सामने खाल कंग किना लान बंदा लूटने में माहिर बस इनको लूटना ही आता है खेलना है, खेलने का रिश्ता इनका दूर दूर का नहीं है पबजी इन्होंने पहले बार भरी है फोन में बस इनको गाड़ी का फ्यूल भरवा लो इनसे बस खाल कंग को देखते हुए डॉक्टर डेवल रविंदर गाड़ी लेके आ गए अपने टीममेट्स को बुलाते हुए किन्ना लान बंदा अपने नाव को फिर जस्टिफाई करते हुए अलग ही चलेंगे सबसे सही नाम रखा है आपने किन्ना लान बंदा और यहां पे टीम आतंकी फुल प्रोबेबिलिटी के साथ कि इस बार चिकन होगा बढ़ती हुई जीएमसी की टीम पे जीएमसी हर्षित 14 नंबर टीम 14 पे बढ़ते हुए और यहां पे रश मार दिया गया है जीएमसी हर्षित ऊपर बैठे हुए बस यहां पे 4v2 हो रहा है मेरे को लग रहा है 4v2 हो सकता है 4v2 ही होगा नेड खींचे जा रहे हैं रविंदर ओ रविंदर को ओ ये कर दे रविंदर क्या कर रहा है सामने बंदा है देख रहा है नहीं मैंने नहीं मारना एक बंदा तो गया इनका यहां स्कॉट खत्म एक फूंक दिया गया है डॉक्टर डेवल ने मार दी खत्म कर दी स्कॉट 14 नंबर स्कॉट खत्म होते हुए और यहां पे टीम आतंकी के सारे मेंबर जिंदा है अभी खाल कंग टीम में जिंदा है और नाइटमेयर टीम में किंग जिंदा है और कोई जिंदा है नीचे का यहाँ पे टीम आतंकी ही जहाँ तक लगता है हमको चिकन डिनर कर पाएगी इसमें क्योंकि चार बंदे वहाँ पे पड़े हैं लेकिन यहाँ पे एक प्रो प्लेयर किंग जिसको हम लोडू कहते हैं वैसे नाम अपना पदवी में कुछ भी रखने से बदल नहीं सकते आप असली लाइफ में वांस लोडू ऑलवेज लोडू देख रहे हैं कहां मारे खाल कंग की तरफ कहां पे अपने भी नेट कर लिए सबसे अच्छी बात कुछ नहीं होने वाला अब लग रहा वही करना चाह रहे हैं नेट खींच रहे हैं हम किंग जी क्या करना चाह रहे हैं कुछ समझ नहीं आ रहा नेट खींच के इन्होंने अंदर ही रख लिया खाल कंग जी पीते जा रहे हैं किन्ना लान बंदा स्पेक्टेट किया जाए ये अभी भी अलग ही घूम रहे हैं इनसे मार जुदा है दुनिया अब मैं अलग ही जाऊंगा किंग अकेले किन्ना लान बंदा अकेला और यहां पे डैमेज किंग की तरफ से खाल कंग बचाते हुए अपनी टीम की थोड़ी सी उम्मीदों को कोई नहीं वेल प्लेड अब आप नहीं बच सकते क्योंकि 4v1 होने वाला है यहां पे टीम आतंकी आ चुकी है और यहां पे रिपन रविंदर सब आ चुके हैं और यहां पे रिपन नॉक एक ले गया नॉक फिनिश खालकम जी बहुत अच्छे नॉक फिनिश टीम आतंकी का एक मेंबर खा चुके हैं खालकम जी अब इंटरेस्ट बढ़ता जा रहा है इस मैच में अब कुछ भी हो सकता है तीन बंदे रह गए टीम आतंकी के
और यहाँ पे किंग, किंग को डैमेज 1 HP किंग, किंग हील कर लीजिए, नेट बाद में कर लीजिएगा। मां चुत गई कि लोडू बाजी की। यहाँ पे टीम नाइटमेयर एलिमिनेट होती हुई खत्म। टाटा बाय बाय खालकंग जी, बहुत बढ़िया खेलते हुए। ये पे नेट खींचते हुए, उधर से भी नेट आया, यहाँ पे गाल बजा के भागते हुए, और ये हीलिंग करेंगे अब खालकंग जी। नहीं पहले मैं मारूंगा, पहले बचा तो लीजिए अपना। नहीं नहीं बहुत अच्छा खेलते हुए खालकंग जी, अकेले बंदे 3 पे भारी पड़ सकते हैं क्योंकि बहुत अच्छे प्लेयर है, क्योंकि अभी ये हीलिंग कर रहे हैं। वहां पे 3 नेट खींचे मेरे को लग रहा है, नेट वो 1, 2, 3 नेट लगातार पड़े हैं उनके। और यहां पे रश करते हुए 1v3 होने वाला है, यहां पे अपने ऊपर ही नेट कर लिया है और ये भागिए, बच गए खालकंग जी, बच गए, अपने पे नेट करने वाले थे। स्मोक करा यहां पे, बहुत अच्छे स्किल्स देखिए आप। अब वहीं से रश करेंगे तीनों, कर दिया गया है, और ये टीम आतंकी जीते हुए। एक बंदा खाया था उनका रिपन, बाकी बहुत अच्छे खेले। किन्ना लांच बंदा 2 किल, डॉक्टर डेवल 3 किल, रिपन 2 किल, और टीम आतंकी आ चुकी है यहाँ पे चिकन डिनर के साथ। कैसा कि आप सुन पा रहे हैं टीम आतंकी के जोश, चिल्लाओ टीम आतंकी, बोलो टीम आतंकी जीत गई। बहुत प्यारा खेले हमारे टीम आतंकी वाले, बहुत अच्छा खेले। डॉक्टर हैरो की जाओ, डॉक्टर हैरो ने बहुत अच्छी कमेंट्री की है, बहुत प्यारा खेले। स्क्रीनशॉट नहीं लिए जो हमारे मैच के स्टैंडिंग्स बनानी है हमने, डॉक्टर हैरो ने बिल्कुल भी स्क्रीनशॉट नहीं लिए। ओके स्क्रीनशॉट ले लिए गए, हमें अंदर नहीं आने दिया। तो हमारा फिर आज का टूर्नामेंट जो है, जो हमारा ये BGMI का टूर्नामेंट चला था, यही खत्म होता है। आखिरी मैच था, मैच की ओवरऑल स्टैंडिंग्स हम ग्रुप में डाल देंगे और सभी बैचेस के ग्रुप्स में डल जाएगी ये इंपॉर्टेंट मैसेजेस, या फिर आपके जितने भी क्लास ग्रुप्स हैं उनमें ये स्टैंडिंग्स डल जाएंगी, और जो हमारे प्लेयर्स हैं उनको पता चल जाएगा कि टॉप पर कौन है। कमेंट्री हमारे फर्स्ट प्रॉप वालों ने, और हमारे डॉक्टर हैरो जो मरने के बाद आ जाते थे, दीपक सैनी न्यू फाइनल के स्टूडेंट, इन्होंने की है, बहुत प्यारी कमेंट्री करते हैं, मरने के बाद आ जाते हैं कमेंट्री करने। किन्ना लान बंदा कौन है? आज का हमारा टूर्नामेंट जो है इस बार का फॉल स्प्लिट वो यहीं पे समाप्त होता है। तो हम अपने व्यूअर्स को थैंक यू बोलते हैं कि जिन्होंने जो हमारे साथ बने रहे और इस टूर्नामेंट को एंजॉय किया, कभी ऊपर कभी नीचे, पूरे इमोशंस हमारे इधर उधर भागते थे। हमारे प्लेयर्स को आप सबने खेलते हुए देखा, थैंक यू आप सभी का हमारे साथ जुड़ने के लिए। हमारा अगला टूर्नामेंट जो होगा वो स्प्रिंग में होगा, एग्ज़ाम्स के बाद, फाइनल एग्ज़ाम्स के बाद। तो फिर ये हमारे डॉक्टर डेविल कुछ ज़्यादा ही आवाज़ें निकाल रहे हैं, मॉर्निंग इनकी स्टार्ट हो गई है जीतने के बाद। मिलते हैं फिर आपसे, हमारा फॉल्स जो हमारे फॉल स्प्लिट अभी ख़त्म होता है और हमारा स्प्रिंग स्प्लिट जो है वो शुरू होगा अप्रैल या मई में। तो तब तक के लिए आपसे हम अलविदा लेते हैं। इस चैनल को यार सब्सक्राइब कर देना और स्ट्रीम को लाइक कर देना।